ਹਜੋ ਵੀ ਮਿੱਤਰੋ ਕੀ ਹਾਲ ਚਾਲ ਆ, ਠੀਕ ਠਾਕ ਹੋ? ਅਤੇ ਅੱਜ ਤੁਹਾਨੂੰ ਦਿਖਾਉਣੇ ਆ ਕਬੂਟਾ ਦੇ ਏਸੀ ਕੈਬਨ ਲੱਗਿਆ। ਅਤੇ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦਾ, ਇਹ ਕਬੂਟਾ ਦੇ ਏਸੀ ਕੈਬਨ ਦੇ ਵਿੱਚ ਕਬੂਟਾ ਨਵਾਂ ਟਰੈਕਟਰ ਨਹੀਂ ਆਉਂਦਾ, ਇਹ 2022 ਮਾਡਲ ਟਰੈਕਟਰ ਆ। ਅਤੇ ਇੱਥੇ ਇਹਦੇ 'ਤੇ ਏਸੀ ਕੈਬਨ ਲਵਾਇਆ ਹੈਗਾ ਬਾਈਆਂ ਨੇ, ਅਤੇ ਉਹ ਬਾਈ ਖੜ੍ਹੇ ਨੇ, ਬਾਈ ਨਾਲ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਕਿੱਥੋਂ ਲਵਾਇਆ ਏਸੀ ਕੈਬਨ ਅਤੇ ਕਿੰਨੇ ਦਾ ਲੱਗਿਆ? ਅਤੇ ਕੋਈ ਏਸੀ ਕੈਬਨ ਲਵਾਉਣ ਤੋਂ ਬਾਅਦ ਕੋਈ ਪ੍ਰੋਬਲਮ ਤਾਂ ਨਹੀਂ ਆਈ? ਕਿਉਂਕਿ ਕਬੂਟਾ ਦੇ ਏਸੀ ਕੈਬਨ ਲੱਗੇ ਆਪਾਂ ਬਹੁਤ ਘੱਟ ਦੇਖੇ ਨੇ। ਅਤੇ ਸਾਰੀ ਗੱਲ ਪੂਰੀ ਡਿਟੇਲ 'ਚ ਦੇਖਦੇ ਹਾਂ, ਅਤੇ ਬਾਅਦ 'ਚ ਬਾਈ ਤੋਂ ਆਪਾਂ ਫੋਨ ਨੰਬਰ ਲਵਾਂਗੇ, ਅਤੇ ਕੀ ਤੋਂ ਲਵਾਇਆ ਹੈਗਾ ਉਹਨਾਂ ਦਾ ਫੋਨ ਨੰਬਰ ਵੀ ਲੈ ਲਾਂਗੇ ਆਪਾਂ, ਠੀਕ ਹੈ? ਅਤੇ ਉਹ ਤੁਸੀਂ ਕਾਲ ਕਰਕੇ ਉਹ ਬਾਈ ਨੂੰ ਤੁਸੀਂ ਪੁੱਛ ਸਕਦੇ ਹੋ। ਅਤੇ ਮਾਰਦੇ ਆਪਾਂ ਨਿਗਾਹ ਫਿਰ ਕਬੂਟਾ 'ਤੇ, ਕਰਦੇ ਆਪਾਂ ਬਾਈ ਨਾਲ ਗੱਲਬਾਤ, ਕੈਮਰਾ ਘਕਾਉਣੇ ਆ, ਬਾਈ ਕਰਨੀ ਅਤੇ ਟਰੈਕਟਰ ਕਰਨੀ ਹੋਣਾ। ਜੀ ਬਾਈ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਠੀਕ ਠਾਕ ਹੋ? ਹਾਂਜੀ ਹਾਂਜੀ ਵਧੀਆ ਬਾਈ। ਠੀਕ ਹੈ ਬਾਈ, ਪਹਿਲਾਂ ਤਾਂ ਬਾਈ ਆਪਦਾ ਪਿੰਡ ਦੱਸ ਦਿਓ ਅਤੇ ਨਾਮ ਦੱਸੋ ਬਾਈ, ਕੀ ਸਟੱਡੀ ਕੀਤੀ ਆ ਬਾਈ ਤੁਹਾਡੀ, ਅਤੇ ਖੇਤੀ ਦਾ ਸ਼ੌਂਕ ਅਤੇ ਏਸੀ ਕੈਬਨ ਲਵਾਉਣਾ ਕਿਵੇਂ ਬਾਈ ਇਹ ਫਿਰ ਗੱਲ ਬਣੀ? ਮੇਰਾ ਨਾਂ ਗੁਰਵਿੰਦਰ ਸਿੰਘ ਹੈ ਜੀ, ਪਿੰਡ ਭਗਵਾਨਗੜ੍ਹ, ਸੰਗਤ ਕੈਂਚੀਆਂ ਤੋਂ ਅਤੇ ਕੋਟ ਸ਼ਮੀਰ ਰੋਡ ਦੇ ਆਪਣੇ ਸੈਂਟਰ ਏਜ ਪੈ ਜਾਂਦਾ ਇਹ। ਭਗਵਾਨਗੜ੍ਹ? ਭਗਵਾਨਗੜ੍ਹ ਪਿੰਡ ਹੈ। ਠੀਕ ਹੈ। ਅਤੇ ਜ਼ਿਲ੍ਹਾ ਬਠਿੰਡਾ, ਤਹਿਸੀਲ ਤਲਵੰਡੀ ਸਾਬੋ। ਅਤੇ ਬਾਕੀ ਕੈਬਨ ਦਾ ਬਾਈ ਜੀ, ਸਾਡੀ ਕੋਈ ਆਪਾਂ ਸਾਨੂੰ ਕੋਈ ਦੇ ਬਾਹਲਾ ਸ਼ੌਂਕ ਦਾ ਨਹੀਂ ਆਪਾਂ ਜ਼ਿਆਦਾ ਕਹਿ ਸਕਦੇ, ਇਹ ਥੋੜ੍ਹਾ ਜਿਹਾ ਆਪਾਂ ਕਹਿ ਸਕਦੇ ਹਾਂ ਵੀ ਮਜਬੂਰੀ ਲਾ ਲਓ ਜਾਂ ਮਤਲਬ ਸਮੇਂ ਦੀ ਲੋੜ ਲਾ ਲਓ, ਵੀ ਜਿਹੜੀ ਕਰਾਹ ਵਗੈਰਾ 'ਤੇ ਦਿੱਕਤ ਜ਼ਿਆਦਾ ਆਉਂਦੀ ਸੀ, ਕਿਉਂਕਿ ਮਤਲਬ ਭਾਵੇਂ ਆਪਾਂ ਬੰਦਾ ਰੱਖੀਏ ਅਕਸਰ ਜਾਣ ਤਾਂ ਉਹਦੇ 'ਚ ਵੀ ਹੈਗੀ ਹੈ ਨਾ, ਅਤੇ ਉਹਦਾ ਕਰਕੇ ਅਸੀਂ ਫਿਰ ਵੀ ਚਲੋ ਜੇ ਮਤਲਬ ਆਪਾਂ ਬੰਦਾ ਵੀ ਰੱਖਦੇ ਹਾਂ ਅਤੇ 2-3 ਘੰਟੇ ਕਰਾਹ ਦੀ ਵੱਧ ਲੱਗ ਗਈ ਤਾਂ ਉੱਥੇ ਹੀ ਨਿਕਲ ਆਉਂਦੀ, ਕੋਈ ਬਾਹਲਾ ਹੋ ਨਹੀਂ, ਨਾਲੇ ਬੰਦਾ ਸੌਖਾ ਰਹਿੰਦਾ, ਉੱਥੇ ਹੀ ਜਾਂਦੀ ਹੈ ਗੱਲਬਾਤ। ਹਾਂ, ਤਾਂ ਕਰਕੇ ਫਿਰ ਅਸੀਂ ਕੈਬਨ ਦਾ ਉਹ ਕਰਿਆ, ਇਹ ਪਿਛਲੇ ਸਾਲ ਮਤਲਬ ਅਸੀਂ ਬੁਕਿੰਗ ਕਰਵਾਤੀ ਸੀ ਇਹਦੀ, ਅਤੇ ਇਸ ਵਾਰ ਲਾ ਕੇ ਦਿੱਤਾ ਸਾਨੂੰ ਸਾਰੇ, ਅਸੀਂ ਕਰਾਹ ਦਾ ਕਰਕੇ ਮੇਨ ਕਰਿਆ ਸੀ, ਬਾਕੀ ਉਹਨਾਂ ਨੇ ਤੂੜੀ ਦਾ ਕਰਕੇ ਵੀ ਅਸੀਂ ਚਲਾ ਕੇ ਦੇਖਿਆ, ਤੂੜੀ 'ਤੇ ਰੀਪਰ 'ਤੇ ਵੀ ਬਹੁਤ ਵਧੀਆ, ਕੋਈ ਦਿੱਕਤ ਨਹੀਂ ਆਉਂਦੀ। ਠੀਕ ਹੈ। ਹਾਂ, ਅਤੇ ਸਟੱਡੀ ਕੀ ਕੀਤੀ ਆ ਬਾਈ ਫਿਰ ਤੁਸੀਂ? ਸਟੱਡੀ ਬਾਈ ਜੀ ਮੈਂ ਡਿਪਲੋਮਾ, ਉਸ ਤੋਂ ਬਾਅਦ ਬੀਟੈਕ, ਫਿਰ ਐਮਟੈਕ ਕਰੀ ਸੀ। ਠੀਕ ਹੈ। ਉਸ ਤੋਂ ਬਾਅਦ ਫਿਰ ਡਿਪਲੋਮਾ ਐਗਰੀਕਲਚਰ ਦਾ ਕਰਕੇ ਮੈਂ ਪੈਸਟੀਸਾਈਡ ਦਾ ਕੰਮ ਆਪਣਾ ਸ਼ੌਪ ਆ ਪਿੰਡ। ਠੀਕ ਹੈ, ਪਿੰਡ ਹੀ? ਹਾਂਜੀ ਹਾਂ। ਠੀਕ ਹੈ। ਉਹ ਫਿਰ ਦੁਕਾਨ ਕਰ ਲਈ ਸੀ ਪਿੰਡ, ਉਹ ਪੈਸਟੀਸਾਈਡ ਡਿਪਲੋਮਾ ਕਰ ਲਿਆ, ਐਮਟੈਕ ਕਰੀ ਹੋਈ ਆ, ਹੁਣ PhD ਦਾ ਤਿਆਰੀ ਹੈ ਜੀ ਅੱਗੇ। ਠੀਕ ਹੈ। ਹਾਂਜੀ ਹਾਂ। ਮਤਲਬ ਵੀ ਖੇਤੀ ਨਾਲ ਪਿਆਰ ਸਟਾਰਟਿੰਗ ਤੋਂ ਹੀ ਆ? ਹਾਂਜੀ, ਖੇਤੀ ਨਾਲ ਤਾਂ ਤੁਸੀਂ ਐਂ ਮੰਨੋ ਵੀ ਜਾਉਂਦਿਆਂ ਦਾ ਹੀ ਕਹਿ ਸਕਦੇ ਹਾਂ ਆਪਾਂ, ਸ਼ੁਰੂ ਤੋਂ ਕਹਿ ਸਕਦੇ ਹਾਂ। ਅਤੇ ਬਾਹੀ ਦਾ ਬਾਕੀ ਨਾਲ ਨਾਲ ਨੌਲੇਜ ਖੇਤੀ ਬਾਰੇ ਸ਼ੁਰੂ ਤੋਂ ਰੱਖੀ ਸੀ ਅਸੀਂ। ਠੀਕ ਹੈ। ਅਤੇ ਬਾਹੀ ਵਧੀਆ ਤਰੀਕੇ ਨਾਲ ਕਰਦੇ ਹਾਂ, ਕੋਈ ਇਸ ਤਰ੍ਹਾਂ ਦੀ ਉਹ ਨਹੀਂ ਮਤਲਬ। ਹਾਂਜੀ ਹਾਂ। ਠੀਕ ਹੈ। ਅਤੇ ਲੋ ਵੀ ਬਾਈ ਦੀ ਹੁਣ ਕਹਿੰਦੇ PhD ਕਰਨ ਦੀ ਤਿਆਰੀ ਆ, ਅਤੇ ਬਾਈ ਨੂੰ ਪੁੱਛਦੇ ਆ, ਬਾਈ ਹੁਣ ਇਹ ਗੱਲ ਦੱਸੋ ਵੀ ਜਿਹੜਾ AC ਕੈਬਨ ਤੁਸੀਂ ਲਵਾਇਆ ਹੈ ਨਾ, ਹਾਂਜੀ ਹਾਂਜੀ, ਅਤੇ 6 ਮਹੀਨਿਆਂ ਦੀ ਤੁਸੀਂ ਬੁਕਿੰਗ 'ਤੇ ਲਵਾਇਆ? ਹਾਂਜੀ ਹਾਂਜੀ। ਅਤੇ ਫਿਰ ਲਵਾਇਆ ਕਿੱਥੋਂ ਆ ਬਾਈ ਇਹ? ਇਹ ਬਾਈ ਜੀ ਮਰਿੰਡੇ ਤੋਂ ਲਵਾਇਆ, JS ਐਗਰੀ ਵਰਕਸ ਵਾਲੇ ਆਪਣੇ ਮਰਿੰਡਾ। ਅੱਛਾ। ਮਰਿੰਡਾ ਤੋਂ ਥੋੜ੍ਹਾ ਜਿਹਾ 2-3 ਕਿਲੋਮੀਟਰ ਪਿੱਛੇ ਆ ਪਿੰਡ ਆ ਉਹ ਵੀ। ਠੀਕ ਹੈ। ਵਧੀਆ ਬੰਦਾ ਖੈਰ। ਠੀਕ ਹੈ। ਅਤੇ ਉਹਦੀ ਮਤਲਬ ਪਿੰਡ ਹੀ ਵਰਕਸ਼ਾਪ ਆ, ਸ਼ੁਰੂ ਤੋਂ ਹੀ ਲਾਉਂਦਾ ਰਿਹਾ ਉਹ, ਆਪਣੇ ਦੋਸਤ ਸੀਗਾ ਇੱਕ ਬੰਗੀ ਤੋਂ, ਉਹਨੇ 9500 2635 'ਤੇ ਲਵਾਇਆ ਸੀ ਮੈਸੀ ਦੇ। ਠੀਕ ਹੈ। ਅਤੇ ਉਹ ਬਸ ਥੋੜ੍ਹੀ ਬੁਕਿੰਗ ਉਹਨੇ ਪਹਿਲਾਂ ਕਰਵਾ ਦਿੱਤੀ, ਪਹਿਲਾਂ ਲੱਗਿਆ ਸਾਥੋਂ, ਅਸੀਂ ਉਸ ਤੋਂ ਬਾਅਦ 'ਚ ਫਿਰ ਬੁਕਿੰਗ ਤਾਂ ਅਸੀਂ ਵੀ ਟਰੈਕਟਰ ਲੈਣ ਤੋਂ ਪਹਿਲਾਂ ਹੀ ਕਰਵਾਤੀ ਸੀ। ਹਾਂ। ਟਰੈਕਟਰ ਅਸੀਂ ਉਹਨੂੰ ਮਤਲਬ ਕਹਿ ਤਾ ਸੀ ਵੀ ਅਸੀਂ ਜਿਹੜਾ ਲਿਆ ਪਹਿਲਾਂ 9500 ਸੀ ਆਪਣੇ ਕੋਲ। ਠੀਕ ਹੈ। ਹੁਣ ਵੀ ਹੈਗਾ ਫਿਰ ਉਹ, ਉਹਦੇ ਮੁਤਾਬਕ ਕਰਵਾਈ ਸੀ ਅਸੀਂ ਵੀ 9500 ਟਰੈਕਟਰ 'ਤੇ ਲਵਾ ਲਾਂਗੇ ਜੇ ਨਾ ਹੋਰ ਲਿਆ ਤਾਂ। ਠੀਕ ਹੈ। ਫਿਰ ਅਸੀਂ ਟਰੈਕਟਰ ਦਾ ਮਨ ਬਣ ਕੇ ਟਰੈਕਟਰ ਲੈ ਲਿਆ, ਫਿਰ ਇਸ 'ਤੇ ਕਰਵਾ ਲਿਆ ਸੀ। ਠੀਕ ਹੈ। ਇਹ ਫਿਰ ਤੁਸੀਂ ਬੜਾ ਪੁੱਛਿਆ ਹੋਣਾ ਵੀ ਬਾਈ ਕਬੂਟਾ ਵੀ AC ਕੈਬਨ 'ਚ ਆਉਂਦਾ, ਪਰ ਆਉਂਦਾ ਨਹੀਂ ਇਹ? ਨਹੀਂ, ਅਸੀਂ ਪਤਾ ਕੀਤਾ ਸੀ ਏਜੰਸੀ 'ਚੋਂ, ਆਪਣੇ ਡੱਬ ਵਾਲੀ ਵੀ, ਬਰਨਾਲੇ ਵੀ ਪਤਾ ਕੀਤਾ, ਸੁਨਾਮ ਵੀ ਪਤਾ ਕੀਤਾ ਸੀ ਅਸੀਂ ਕਈ ਵਾਰੀ। ਅੱਛਾ। ਮਿਸਗਾਈਡ ਨਾ ਕਰਦੇ। ਅਤੇ ਕੈਬਨ 'ਚ ਆਉਂਦਾ ਨਹੀਂ ਜੀ ਇਹ, ਇਹਦੀ ਅਪਰੂਵਲ ਵਗੈਰਾ ਲੈਣੀ ਪੈਂਦੀ, ਉਹਨਾਂ ਨੂੰ ਹਜੇ ਪਾਸਿੰਗ ਨਹੀਂ ਹੋਈ ਉਹਦੀ। ਹਾਂਜੀ। ਠੀਕ ਹੈ। ਹਾਂਜੀ। ਅਤੇ ਲੋ ਵੀ ਮਿੱਤਰੋ ਹੁਣ ਦੱਸਦੇ ਹਾਂ ਤੁਹਾਨੂੰ ਕੈਬਨ ਬਾਰੇ, ਅਤੇ ਕਰੀਏ ਬਾਈ ਆਪਾਂ ਕੈਬਨ ਬਾਰੇ ਦੱਸਣਾ ਇੱਥੋਂ ਸਟਾਰਟ। ਹਾਂਜੀ ਹਾਂਜੀ। ਅਤੇ ਜਿਹੜਾ ਇਹ ਪਹਿਲਾਂ ਤਾਂ ਜਿਹੜਾ ਸ਼ੀਸ਼ਾ ਹੈਗਾ ਇਹ ਗ੍ਰੀਨ 'ਚ ਲਾਉਂਦੇ ਆ, ਥੋੜ੍ਹਾ ਜਿਹਾ ਨਾ ਗ੍ਰੀਨ ਸ਼ੇਡ 'ਚ ਆਉਂਦਾ ਇਹ, ਇਹ 'ਤੇ ਫਿਲਮ ਅਸੀਂ ਚੜ੍ਹਵਾਈ ਆ ਬਾਅਦ 'ਚ ਅੰਦਰਲੇ ਸਾਈਡ, ਮਤਲਬ ਗ੍ਰੀਨ 'ਚ ਆਉਂਦਾ, ਸ਼ੇਡ ਗ੍ਰੀਨ ਆ ਇਹਦੀ ਸ਼ੀਸ਼ੇ ਦੀ। ਠੀਕ ਹੈ। ਹਾਂ, ਵੀ ਮਤਲਬ ਫਿਲਮ ਵਗੈਰਾ ਇਸੇ ਤਰੀਕੇ ਨਾਲ ਸ਼ੀਸ਼ਾ ਹੈ ਕੈਬਨ ਲਾਇਆ ਹੋਇਆ ਵੀ ਪਤਾ ਜੀ ਨਹੀਂ ਲੱਗਦਾ? ਹਾਂ, ਮੈਨੂੰ ਵੀ ਮੈਨੂੰ ਪਤਾ ਨਹੀਂ ਲੱਗਿਆ। ਹਾਂਜੀ ਹਾਂ, ਵਧੀਆ ਤਰੀਕੇ ਨਾਲ ਉਹ ਕਰਿਆ ਹੋਇਆ। ਠੀਕ ਹੈ। ਅਤੇ ਇਹ ਸ਼ੀਸ਼ਾ ਹੈਗਾ ਦੇ ਜੋੜੇ ਹੋਏ ਹੈਗੇ, ਇੱਕ ਨਹੀਂ ਹੈਗਾ ਸ਼ੀਸ਼ਾ, ਇਹ ਜੋੜੇ ਹੋਏ ਹੈਗੇ। ਠੀਕ ਹੈ। ਅਤੇ ਇੱਧਰ ਆਹ ਲਾਈਟਾਂ ਆ ਗਈਆਂ, ਉੱਧਰ ਵੀ ਹੈਗੀ, ਇੱਧਰ ਵੀ, ਅਤੇ ਇੰਡੀਕੇਟਰ ਆ ਗਏ ਸਾਈਡਾਂ ਵਾਲੇ ਦੋਨੇ, ਹੈ ਨਾ ਬਾਈ? ਹਾਂਜੀ। ਅਤੇ ਸਪੋਟਾਂ ਵਗੈਰਾ ਦੀ ਕੀ ਗੱਲਬਾਤ ਆ? ਸਪੋਟਾਂ ਬਾਈ ਜੀ ਇਹ ਨਾ
ਚਾਰ ਸਪੋਰਟਾਂ ਆਪਾਂ ਕਹਿ ਸਕਦੇ ਹਾਂ ਸਪੋਰਟਾਂ ਤਾਂ ਕਰਕੇ ਮਤਲਬ ਇਹ ਚਾਰੇ ਇਹਨਾਂ ਪਿੰਨਾਂ ਤੋਂ ਹੀ ਕੈਬਨ ਚੱਕਿਆ ਜਾਂਦਾ। ਠੀਕ ਹੈ, ਇਹ ਚਾਰ ਮਤਲਬ ਚਾਰ ਪਿੰਨਾਂ 'ਤੇ ਹੈ, ਦੋ ਬੈਕ ਸਾਈਡ 'ਤੇ ਹੈ, ਦੋ ਅੱਗੇ ਹੈ, ਮਤਲਬ ਇਹਨਾਂ 'ਤੇ ਕੈਬਨ ਖੜ੍ਹਾ ਮੇਨ ਆਪਾਂ ਕਹਿ ਸਕਦੇ ਹਾਂ, ਹੋਰ ਕਿਤੇ ਕੋਈ ਨਟ ਨਹੀਂ ਲੱਗਿਆ ਹੋਇਆ। ਠੀਕ ਹੈ, ਹਾਂਜੀ, ਇੱਕ ਇੱਧਰ ਸਪੋਰਟ ਆ ਗਈ, ਹਾਂਜੀ ਹਾਂਜੀ, ਅਤੇ ਇੱਕ ਸਪੋਰਟ ਭਾਈ ਇੱਧਰ ਆ ਗਈ, ਹਾਂਜੀ, ਦੋ ਫਰੰਟ 'ਤੇ ਦੋ ਬੈਕ 'ਤੇ, ਇੱਕ ਆ ਗਈ, ਹਾਂਜੀ, ਅਤੇ ਬੈਕ ਵਾਲੀਆਂ ਸਪੋਰਟਾਂ ਇੱਧਰ ਆ ਗਈਆਂ ਬਾਈ। ਠੀਕ ਹੈ, ਹਾਂਜੀ, ਇਹਨਾਂ 'ਤੇ ਕੈਬਨ ਖੜ੍ਹਾ ਹੈ, ਹਾਂਜੀ ਹਾਂਜੀ, ਠੀਕ ਹੈ। ਲਓ ਜੀ, ਇੱਧਰੋਂ ਦੇਖ ਲਓ ਅਤੇ ਇੱਧਰੋਂ ਵੀ ਸ਼ੀਸ਼ਾ ਇਹ ਐਵੇਂ ਆ, ਠੀਕ ਹੈ, ਦੋ ਸ਼ੀਸ਼ੇ ਜੁੜੇ ਹੋਏ ਨੇ, ਇਹ ਇਕੱਲਾ ਨਹੀਂ ਹੈਗਾ, ਦੋਨੇ ਜੁੜੇ ਹੋਏ ਨੇ, ਅਤੇ ਜਿਹੜਾ ਫਰੰਟ ਸ਼ੀਸ਼ਾ ਅਤੇ ਇਹ ਇੱਕੋ ਹੀ ਹੁੰਦਾ, ਤੁਹਾਨੂੰ ਪਤਾ ਹੀ ਹੈ, ਮੇਨ ਸ਼ੀਸ਼ਾ ਤਾਂ ਇੱਕੋ ਹੀ ਹੋਊਗਾ, ਅਤੇ ਆਹ ਜਿਹੜਾ ਵਾਈਪਰ ਆ ਗਿਆ, ਅਤੇ ਮੂਹਰੇ ਚਾਰ ਲਾਈਟਾਂ ਲਾਤੀਆਂ ਬਾਈ, ਹੈ ਨਾ, ਹਾਂਜੀ ਹਾਂਜੀ, ਠੀਕ ਹੈ। ਇਸ ਦੇ ਵਿੱਚ ਹੀ ਮਤਲਬ ਜਿਹੜੀਆਂ ਲਾਈਟਾਂ ਪਹਿਲਾਂ ਅੰਦਰ ਵੀ ਆਉਂਦੀਆਂ, ਉਹ ਅੰਦਰਲੇ ਪਾਸੇ ਵੀ ਲਾਈਟਾਂ ਦੇ ਦਿੰਦੇ ਆ, ਠੀਕ ਹੈ, ਪਰ ਅਸੀਂ ਸਾਡੇ ਕਹਿਣ 'ਤੇ ਉਹਨਾਂ ਨੇ ਇਹ ਬਾਹਰ ਕਰੀਆਂ, ਕਿਉਂਕਿ ਸਾਨੂੰ ਐਂ ਸੀ ਵੀ ਕਈ ਵਾਰ ਕੋਈ ਅੰਦਰ ਪ੍ਰੋਬਲਮ ਆ ਜਾਂਦੀ ਹੈ ਤਾਂ ਬਾਹਰੋਂ ਲਾਈਟ ਠੀਕ ਹੋ ਜਾਏ, ਜਾਂ ਕਈ ਵਾਰ ਕੋਈ ਲਾਈਟ 'ਚ ਕੋਈ ਦਿੱਕਤ ਆਉਂਦੀ ਹੈ, ਤਾਂ ਕਰਕੇ ਅਸੀਂ ਬਾਹਰ ਖੋਲ੍ਹਣੀ ਕਰਨੀ ਸੌਖੀ ਹੋ ਜਾਂਦੀ। ਹਾਂਜੀ ਹਾਂਜੀ, ਆਪਾਂ ਬਾਈ ਜੇ ਹੁਣ ਲਾਈਟ ਖਰਾਬ ਹੋ ਜਾਏ ਘਰੇ ਵੀ ਖੋਲ੍ਹ ਕੇ ਸੈੱਟ ਕਰ ਸਕਦੇ। ਹਾਂ ਹਾਂਜੀ ਹਾਂ, ਇਹ ਮਤਲਬ ਜੇ ਲਾਈਟਰ ਕੋਈ ਕਈ ਵਾਰ ਮਤਲਬ ਬਾਈ ਚਾਂਸ ਕੋਈ ਕ੍ਰੈਂਕ ਵੀ ਹੁੰਦੀ ਹੈ ਜਾਂ ਹੋਰ ਕੋਈ ਚੀਜ਼, ਤਾਂ ਇਹ ਬਾਹਰੋਂ ਬਦਲੀ ਜਾਵੇ, ਇਹ ਸਾਡੇ ਕਹਿਣ 'ਤੇ ਉਹਨਾਂ ਨੇ ਕਰੀ ਹੈ। ਠੀਕ ਹੈ, ਅਤੇ ਇੱਕ ਬਲੋਰ ਸੀਗੇ ਜਿਹੜੇ ਅੰਦਰ, ਉਹ ਆਪਾਂ ਅੰਦਰ ਦੇਖਾਂਗੇ ਵੀ ਉਹ ਬਲੋਰ ਵੀ ਅਸੀਂ ਉਹ ਪਹਿਲਾਂ ਇਕੱਠੇ ਆਉਂਦੇ ਸੀ, ਮਤਲਬ ਉਹ ਜਿਵੇਂ ਕਈ ਤੁਸੀਂ ਅਲੱਗ ਅਲੱਗ ਲਵਾ ਦੇ। ਹਾਂ ਵੀ ਸਰ, ਮੈਂ ਪਹਿਲਾਂ ਦੇਖ ਕੇ ਹਟਿਆ ਨਾ ਬਾਈ, ਉਹ ਆਪਾਂ ਦਿਖਾਵਾਂਗੇ ਬਾਈਆਂ ਨੂੰ ਸਾਰਾ। ਹਾਂ, ਕਈ ਵਾਰ ਉਹ ਨਾ ਮਤਲਬ ਜਦੋਂ ਜ਼ਿਆਦਾ ਹਵਾ ਸਿਰ 'ਤੇ ਵੱਜੀ ਜਾਂਦੀ ਹੈ ਤਾਂ ਉਹ ਸਿਰ ਦੁਖਣ ਲਾ ਆਉਂਦੀ ਹੈ, ਉਹ ਪ੍ਰੋਬਲਮ ਮੈਂ ਦੇਖੀ ਸੀ ਟਰੈਕਟਰ 'ਚ, ਤਾਂ ਕਰਕੇ ਉਹ ਅਲੱਗ ਅਲੱਗ ਲਵਾ ਦੇ, ਕਿਉਂ ਕੂਲਿੰਗ ਤਾਂ ਉਨੀ ਹੋਣੀ ਇਹਨਾਂ ਦਾ, ਮਤਲਬ ਜਿਹੜੀ ਥਰਮੋ ਸਵਿੱਚ ਆ ਉਹਨੇ ਤਾਂ ਉਸ ਟੈਂਪਰੇਚਰ 'ਤੇ ਆ ਕੇ ਕੰਮ ਕਰਨਾ। ਅਤੇ ਜਿਹੜੇ ਆ ਇੱਧਰ ਸ਼ੀਸ਼ੇ ਹੈਗੇ, ਇਹ ਵੀ ਚੌਰਸ ਟਾਈਪ ਆ ਗਏ, ਹੈ ਨਾ, ਹਾਂ, ਇਹ ਗੋਲ ਨਹੀਂ ਹੈਗੇ। ਹਾਂ, ਇਹ ਮਤਲਬ ਜਿਵੇਂ ਪੰਜਾਬੀ 'ਚ ਆਪਾਂ ਕਹਿੰਦੇ ਨਾ ਉੱਤਰ ਲੈਂਜ ਆ, ਇਹ ਮਤਲਬ ਪਿੱਛੇ ਦੂਰ ਚੀਜ਼ ਨੂੰ ਵੀ ਨੇੜੇ ਦਿਖਾ ਦਿੰਦਾ ਇਹ। ਠੀਕ ਹੈ, ਹਾਂ, ਉਹ ਚੀਜ਼ ਹੈ। ਲਓ ਜੀ, ਉੱਧਰ ਵੀ ਉਵੇਂ ਆ ਗਿਆ। ਹਾਂਜੀ ਹਾਂ, ਠੀਕ ਹੈ ਜੀ। ਅਤੇ ਇੱਧਰ ਜਿਹੜੇ ਇਹ ਗਲਾਈ 'ਚ ਆ ਗਏ ਸ਼ੀਸ਼ੇ ਜੀ, ਮਤਲਬ ਦੋਨੋਂ ਜਿਹੜੇ ਬੈਕ ਸਾਈਡ ਦੇ ਹੈਗੇ ਗਲਾਈ 'ਚ ਸ਼ੀਸ਼ੇ। ਠੀਕ, ਇਹਦੇ ਨਾਲ ਬਸ ਲੁੱਕ ਹੀ ਸੋਹਣੀ ਲੱਗਦੀ ਹੈ, ਹੋਰ ਕੋਈ ਵਾਲਾ ਇਹਨਾਂ ਹੋਣੀ ਚੌਰਸ ਵੀ ਹੋ ਸਕਦੀ। ਅਤੇ ਇਹਦੇ ਨਾਲ ਬਾਈ ਜਿਹੜੇ ਮੜਗਾੜ ਨੇ, ਹੈ ਨਾ, ਅਤੇ ਇਹਦੇ ਮੜਗਾੜ ਆ ਜਿਹੜੇ ਨਾਲ ਦੀ ਆ ਟਰੈਕਟਰ ਦੇ। ਠੀਕ ਆ, ਉੱਤੇ ਇਹ ਏ ਸੀ ਕੈਬਨ ਟਿਕਾਇਆ ਹੋਇਆ ਗਾ, ਅਤੇ ਪਰ ਮੈਂ ਇੱਕ ਗੱਲ ਦੇਖੀ ਆ ਬਾਈ, ਜਿਹੜੇ ਇੱਕ ਏ ਸੀ ਕੈਬਨ ਜਿਵੇਂ ਸਮਾਣੇ ਵਾਲੇ ਲਾਉਂਦੇ ਆ, ਹੈ ਨਾ, ਉਹਨਾਂ 'ਚ ਮੜਗਾੜ ਇਹ ਨਾਲ ਹੀ ਲਾਉਂਦੇ ਹੁੰਦੇ ਹੈਗੇ। ਹਾਂਜੀ ਹਾਂਜੀ, ਅਤੇ ਇਹ ਬਾਈ ਨੇ ਗੱਲ ਇਹ ਹੈਗੀ ਵੀ ਇਹ ਨਾਲ ਹੀ ਏ ਸੀ ਕੈਬਨ ਨਾਲ ਹੀ ਐਂ ਲਾਤਾ, ਵੀ ਜਿਹੜਾ ਉਹ ਖਰਚਾ ਪੈਣ ਨਹੀਂ ਦਿੱਤਾ ਤੁਹਾਨੂੰ। ਹਾਂਜੀ, ਤੁਸੀਂ ਐਂ ਮੰਨੋ ਵੀ ਸਾਡੇ ਇੱਕ ਤਾਂ ਬੈਕ ਸਾਈਡ ਤੋਂ ਜਿਹੜਾ ਆਪਾਂ ਕਹਿ ਦਿੰਦੇ ਹਾਂ ਵੀ ਡੰਡਾ ਕਹਿ ਲੱਗਿਆ ਹੁੰਦਾ ਇਸ ਤਰ੍ਹਾਂ, ਇੱਕ ਸਪੋਰਟ ਕਹਿ ਸਕਦੇ ਉਹਨੂੰ ਆਪਾਂ, ਉਹ ਖੋਲ੍ਹੀ ਹੈ ਸਿਰਫ ਇਹਦੇ ਨਾਲ, ਹੋਰ ਸੇਮ ਚੀਜ਼ ਬਾਕੀ ਟਰੈਕਟਰ ਦੀ ਕੋਈ ਚੀਜ਼ ਨਹੀਂ ਛੇੜ ਛਾੜ ਕੀਤੀ, ਉਸੇ ਤਰ੍ਹਾਂ ਹੀ ਆ ਮੜਗਾੜ, ਉਵੇਂ ਹੀ ਆ ਮੜਗਾੜ ਸਾਰੇ। ਠੀਕ ਹੈ, ਮਤਲਬ ਜੇ ਆਪਾਂ ਇਹਨਾਂ ਨੂੰ ਰੱਖਾਂਗੇ ਤਾਂ ਹੋਰ ਲਾਵਾਂਗੇ, ਉਹ ਥੋੜ੍ਹਾ ਜਿਹਾ ਮੇਰੇ ਹਿਸਾਬ ਨਾਲ ਖਰਚਾ ਵੀ ਵੱਧ ਪੈਂਦਾ ਵੀ, ਉਹ ਤਾਂ ਕਰਕੇ ਉਹ ਸੇਮ ਹੀ ਰੱਖਿਆ ਸਰ ਸਭ। ਠੀਕ ਹੈ, ਤੇ ਇੱਥੋਂ ਜਿਹੜੀ ਫਿਟਿੰਗ ਹੈ ਪੂਰੀ ਵਧੀਆ ਕੀਤੀ ਹੋਈ ਹੈ, ਇਹ ਨਹੀਂ ਵੀ ਕੋਈ ਹਵਾ ਦੀ ਲੀਕੇਜ ਦਾ ਕੋਈ ਨਹੀਂ। ਨਹੀਂ ਨਹੀਂ ਬਾਈ ਜੀ, ਰੇਤੇ ਅੱਜ ਤੋਂ 20 ਸਾਲਾਂ ਨੂੰ ਵੀ ਨਹੀਂ ਹੋਣਾ। ਨਹੀਂ ਨਹੀਂ, ਇਹ ਸਭ ਆਪਣੇ ਜਿਹੜੇ ਦੋਸਤ ਸੀਗਾ ਉਹਦੇ ਹੋ ਹੀ ਗਏ 3-4 ਸਾਲ, ਕੋਈ ਦਿੱਕਤ ਹੀ ਨਹੀਂ, ਮੈਂ ਦੇਖ ਕੇ ਵੀ ਆਇਆ। ਠੀਕ ਹੈ, ਹਾਂ, ਥੋੜ੍ਹਾ ਜਿਹਾ ਅਸੀਂ ਦੇਖ ਦੂਖ ਕੇ ਕੰਮ ਫੇਰ ਹੀ ਕਰਵਾਇਆ, ਮਤਲਬ ਐਂ ਨਹੀਂ ਵੀ ਜੇ ਕਾਲ 'ਚ ਕਰਾ ਲਿਆ ਜਾਂ ਕੋਈ ਹੋਰ, ਤਾਂ ਕਰਕੇ ਸਾਨੂੰ ਸਾਲ ਲੇਟ ਹੋ ਗਏ। ਠੀਕ ਹੈ ਜੀ, ਹਾਂਜੀ ਹਾਂ, ਠੀਕ ਹੈ। ਲਓ ਜੀ, ਪਿੱਛੇ ਵਾਲਾ ਸ਼ੀਸ਼ਾ ਉਵੇਂ ਚੌਰਸ ਆ ਗਿਆ, ਅਤੇ ਇੱਧਰ ਥੱਲੇ ਆਪਾਂ ਦੇਖ ਸਕਦੇ ਹਾਂ, ਬਾਕੀ ਅੰਦਰ ਬਹਿ ਕੇ ਤੁਹਾਨੂੰ ਦਿਖਾਵਾਂਗੇ ਵੀ ਦਿਸਦਾ ਵਧੀਆ ਹੈਗਾ। ਅਤੇ ਜੇ ਐਸ ਵਰਕਸ ਮਰਿੰਡਾ 'ਤੇ ਬਾਈ ਦਾ ਫੋਨ ਨੰਬਰ ਆ ਗਿਆ, ਠੀਕ ਹੈ, ਅਤੇ ਫੋਨ ਨੰਬਰ ਸਕਰੀਨ 'ਤੇ ਵੀ ਆਈ ਜਾਂਦਾ, ਅਤੇ ਬਾਈ ਨੂੰ ਕੁਨੈਕਟ ਤੁਸੀਂ ਕਰ ਸਕਦੇ ਹੈਗੇ ਹੋ। ਅਤੇ ਇੱਧਰ ਪਿੱਛੇ ਦੋ ਲਾਈਟਾਂ ਆ ਗਈਆਂ, ਠੀਕ ਹੈ ਜੀ, ਦੋ ਲਾਈਟਾਂ ਐਵੇਂ ਸਿੰਪਲ ਤਰੀਕੇ ਨਾਲ ਲਾਈਆਂ ਹੋਈਆਂ ਇਹ, ਅਤੇ ਉੱਪਰੇ ਪੱਖੇ ਹੈਗੇ ਬਾਈ, ਹੈ ਨਾ। ਹਾਂਜੀ ਹਾਂ, ਬਲੋਰ, ਠੀਕ ਹੈ। ਇਹ ਪੱਖਿਆਂ 'ਚ ਵੀ ਇਸ ਤਰ੍ਹਾਂ ਜੀ, ਮਤਲਬ ਇਹ ਪੱਖੇ ਕਈ ਵਾਰ ਨਾ ਮਤਲਬ ਉੱਪਰੋਂ ਨੀਚੇ ਨੂੰ ਕਰ ਦਿੰਦੇ ਆਪਾਂ, ਅਸੀਂ ਡਬਲ ਕਰਿਆ ਇਹ ਹੁਣ, ਇਹ ਜੇ ਹੇਠਾਂ ਤੋਂ ਉੱਪਰ ਨੂੰ ਜਿਵੇਂ ਹੁਣ ਸਪੀਡ ਅਸੀਂ ਚੇਂਜ ਕੀਤੀ ਹੋਈ ਨਾ, ਜੇ ਹੇਠਾਂ ਤੋਂ ਉੱਪਰ ਨੂੰ ਰਹੂਗੀ ਨਾ ਇਹ ਸਪੀਡ, ਤਾਂ ਉੱਪਰ ਜੇ ਕੋਈ ਗਰਦ ਵਗੈਰਾ ਤਾਂ ਉਹਨੂੰ ਬਾਹਰ ਕੱਢੀ ਚਲੋ ਉੱਪਰ ਨਹੀਂ ਲੱਗਣ ਦਿੰਦਾ ਇਹ। ਠੀਕ ਹੈ, ਅਤੇ ਜਦੋਂ ਮਤਲਬ ਇਹ ਬੰਦ ਹੋਣਗੇ ਉਦੋਂ ਜੇ ਕੋਈ ਕਚਰਾ ਵਗੈਰਾ ਜਾਂ ਕੁਛ ਵੀ ਆ ਉਹ ਨੀਚੇ ਡਿੱਗ ਪਊ, ਉਹਦਾ ਐਂ ਨਹੀਂ ਮਤਲਬ ਵੀ ਆਪਣੇ ਤਾਂ ਫਸ ਜੂਗਾ ਜਾਂ ਹੋਰ ਕਿਸੇ ਤਰ੍ਹਾਂ ਦਾ। ਠੀਕ ਹੈ, ਬਾਕੀ ਜਾਲੀ ਵੀ ਲੱਗੀ ਹੋਈ ਹੈ ਉੱਪਰ ਇਸ ਤਰ੍ਹਾਂ ਦੀ, ਕੋਈ ਉਹ ਨਹੀਂ। ਠੀਕ ਹੈ ਜੀ, ਠੀਕ ਹੈ। ਅਤੇ ਇੱਧਰ ਫੇਰ ਬਾਈ ਦਾ ਜੇ ਐਸ ਮਰਿੰਡਾ, ਠੀਕ ਹੈ ਜੀ, ਅਤੇ ਇੱਧਰ ਆ ਮੜਗੜ, ਫੇਰ ਉਹੀ ਆ ਗਿਆ ਇੱਧਰ ਜਿਹੜੇ ਨਾਲ ਦੇ ਸੀਗੇ। ਅਤੇ ਇੱਧਰ ਜਿਵੇਂ ਫਿਟਿੰਗ ਆ ਵੀ ਦੇਖ ਲਓ ਤੁਸੀਂ, ਫਿਟਿੰਗ ਆ ਜਿਹੜੀ ਇਹਦੀ ਪੂਰੀ ਵਧੀਆ ਕੀਤੀ ਹੋਈ ਆ, ਅਤੇ ਐਂ ਨਹੀਂ ਹੈਗਾ ਵੀ ਬਾਈ ਨੇ ਕੋਈ ਘੱਟ ਛੱਡੀ ਹੋਊਗੀ।
ਤੇ ਇਧਰਲੇ ਪਾਸੇ ਲਾਤੀ ਬੱਤੀ ਲਾਤੀ ਇਧਰਲੇ ਪਾਸੇ ਠੀਕ ਹੈ ਜੀ ਤੇ ਇਧਰਲੇ ਪਾਸੇ ਲਾਤੀ ਬੱਤੀ ਤੇ ਆਹ ਜਿਹੜਾ ਇੱਧਰ ਆਹ ਸ਼ੀਸ਼ਾ ਤੇ ਇਹ ਵੀ ਐਂ ਜੋੜੇ ਹੋਈ ਆ ਇੱਕ ਨਹੀਂ ਹੈਗਾ ਠੀਕ ਹੈ ਜੀ ਤੇ ਇੱਧਰ ਆਹ ਚੜ੍ਹਨ ਨੂੰ ਅੰਦਰ ਵਧੀਆ ਲਾਤਾ ਬਾਈ ਹੋਣਾ ਨੇ ਤੇ ਇੱਧਰ ਜਿਹੜਾ ਫੁੱਟ ਰੈਸਟ ਆ ਐਵੇਂ ਇਸ ਤਰ੍ਹਾਂ ਲੱਗ ਗਿਆ ਇਹ ਤੇ ਹੁਣ ਇਹ ਬਾਈ ਹਲ ਬਾਈ ਜਾਂਦੇ ਸੀਗੇ ਹਲ ਲਾ ਕੇ ਹਟੇ ਨੇ ਇੱਧਰ ਦੋ ਗੇੜੇ ਹਲਾਂ ਦੇ ਕੇ ਹਟੇ ਨੇ ਅਤੇ ਅਸੀਂ ਸੋਚਿਆ ਚਲੋ ਪਹਿਲਾਂ ਆਪਾਂ ਵੀਡੀਓ ਬਣਾਈਏ ਅਤੇ ਨਾਲੇ ਆਪਾਂ ਦੱਸੀਏ ਸਾਰਾ ਕੁਛ ਬਾਈ ਹੁਣਾਂ ਨੂੰ ਜਿਹੜੇ ਆਪਣੀ ਵੀਡੀਓ ਦੇਖਦੇ ਨੇ ਤੁਹਾਨੂੰ ਦੱਸ ਦਈਏ ਸਾਰਾ ਅਤੇ MU 5502 ਅਤੇ ਪੂਰਾ ਬਾਈ ਫਿਰ ਕੋਈ ਘਾਟ ਤਾਂ ਨਹੀਂ ਲੱਗੀ ਸਾਨੂੰ ਹੁਣ ਤੱਕ ਜਿਵੇਂ 4-5 ਮਹੀਨੇ ਹੋ ਗਏ ਲੱਗੇ ਨੂੰ ਨਹੀਂ ਕੈਬਨ ਦੀ ਕੋਈ ਦਿੱਕਤ ਨਹੀਂ ਹੈ ਜੀ ਦੇਖੋ ਜੇ ਕੋਈ ਆਪਣੀ ਮਾੜੀ ਮੋਟੀ ਨੋਰਮਲ ਆ ਤਾਂ ਦਿੱਕਤ ਤਾਂ ਮਸ਼ੀਨਰੀ ਦੇ ਨਾਲ ਹੀ ਕਈ ਵਾਰੀ ਨਾ ਕੋਈ ਮਤਲਬ ਆਮ ਰੂਟੀਨ 'ਚ ਜਿਵੇਂ ਕੈਬਨ ਜੇ ਕੋਈ ਆਪਾਂ ਨਵਾਂ ਕੰਮ ਕਰਦੇ ਹਾਂ ਨਾ ਕਈ ਬੰਦੇ ਕਹਿ ਦਿੰਦੇ ਯਾਰ ਜੇ ਕੈਬਨ AC 'ਚ ਦਿੱਕਤ ਆ ਗਈ ਦੇਖੋ ਦਿੱਕਤ ਤਾਂ ਫਿਰ ਹੁਣ ਟਰੈਕਟਰ ਦੇ ਹੋਰ ਮਸ਼ੀਨਰੀ 'ਚ ਕਿਸੇ 'ਚ ਵੀ ਆ ਸਕਦੀ ਹੈ ਨਾ ਭਾਵੇਂ ਨਵੀਂ ਪੁਰਾਣੀ ਕਿਸੇ ਕੋਈ ਤੁਸੀਂ ਰੇਡੀਏਟਰ ਲਾ ਲਓ ਹੋਰ ਇੰਜਣ ਦੀ ਲਾ ਲਓ ਫਿਰ ਉਹ ਠੀਕ ਕਰਾਉਣੀ ਤਾਂ ਆਪਣਾ ਫਰਜ਼ ਆ ਨਾ ਜੇ ਹੁਣ ਆਪਾਂ ਇਸ ਤਰ੍ਹਾਂ ਵੀ ਜੇ ਕੈਬਨ AC 'ਚ ਪ੍ਰੋਬਲਮ ਆ ਤਾਂ ਆਪੇ ਅਸੀਂ ਉਹ ਚੀਜ਼ ਨੂੰ ਆਪਾਂ ਐਂ ਮੰਨਦੇ ਹਾਂ ਵੀ ਯਾਰ ਨਵੀਂ ਚੀਜ਼ ਲਾਈਏ ਜੇ ਰੇਡੀਏਟਰ 'ਚ ਹੀ ਆ ਗਈ ਕਰਾਉਣੀ ਤਾਂ ਪਊਗੀ ਨਾ ਆਪਾਂ ਨੂੰ ਅਕਸਰ ਇਹ ਵੀ ਹੋਜੂ ਫਿਰ ਜੇ ਨਾਲ ਕੋਈ ਦਿੱਕਤ ਆਉਂਦੀ ਹੈ ਤਾਂ ਪਰ ਹਜੇ ਤੱਕ ਸਾਨੂੰ ਕੋਈ ਦਿੱਕਤ ਇਹ 'ਚ ਆਈ ਨਹੀਂ ਇੱਕ ਸੀਗੀ ਉਹ ਪੱਖੇ ਜਿਹੜੀ ਆਪਾਂ ਕਹਿ ਸਕਦੇ ਹਾਂ ਬਲੋਅਰ ਸੀ ਉਹ ਬਸ ਤੁਹਾਨੂੰ ਦੱਸਿਆ ਮੈਂ ਵੀ ਉਹਨਾਂ ਦੀ ਅਸੀਂ ਹਵਾ ਉੱਪਰ ਨੂੰ ਕਰੀ ਹੈ ਠੀਕ ਹੈ ਉਹ ਅਸੀਂ ਆਪਦੀ ਸਾਨੂੰ ਠੀਕ ਲੱਗਿਆ ਵੀ ਉੱਪਰ ਨੂੰ ਕਰਨੀ ਉਹ ਤੁਹਾਡੀ ਚੋਇਸ ਸੀ ਹਾਂਜੀ ਹਾਂ ਠੀਕ ਹੈ ਉਹ ਅਸੀਂ ਇੰਨਾ ਕੁ ਤਾਂ ਬੰਦਾ ਆਪ ਵੀ ਕਰ ਸਕਦਾ ਉਹ ਅਸੀਂ ਆਪ ਕਰੀਏ ਬਾਕੀ ਕੋਈ ਸਾਨੂੰ ਨਹੀਂ ਲੱਗਿਆ ਕੋਈ ਇਹ 'ਚ ਦਿੱਕਤ ਆਊਗੀ ਠੀਕ ਹੈ ਅਤੇ ਬਾਕੀ ਮਸ਼ੀਨਰੀ ਆ ਮਸ਼ੀਨਰੀ 'ਚ ਕਿਸੇ 'ਚ ਵੀ ਆ ਕਿਸੇ 'ਚ ਵੀ ਆ ਸਕਦੇ ਜਿਵੇਂ ਹੈ ਨਾ ਐਂ ਤਾਂ ਹੈ ਨਹੀਂ ਬਾਈ ਇੱਕ ਵਾਰੀ ਮਸ਼ੀਨਰੀ ਲੈ ਲਈ ਸਾਰੀ ਉਮਰ ਉਹਦੀ ਲੋੜ ਹੀ ਨਹੀਂ ਕੁਛ ਕਰਨ ਦੀ ਇਹ ਤਾਂ ਨਹੀਂ ਹੈ ਹੋ ਸਕਦਾ ਹਾਂਜੀ ਹਾਂ ਅਤੇ 4x4 ਟਰੈਕਟਰ ਬਾਈ ਨੇ ਪੂਰੇ ਸ਼ੌਂਕ ਨਾਲ ਰੱਖਿਆ ਹੋਇਆ ਅਤੇ ਮੂਹਰੇ ਵੇਟ ਲਾਤੇ ਬਾਈ ਇਹਦੇ ਹੈ ਇਹਦੇ ਪਹਿਲਾਂ ਬੰਪਰ ਆਉਂਦਾ ਸੀ ਨਾਲ ਤੇ ਉਹ ਏਜੰਸੀ ਨੂੰ ਅਸੀਂ ਕਟਵਾ ਹੀ ਦਿੱਤਾ ਸੀਗਾ ਕਿ ਇਹ ਵੇਟ ਅਸਲ ਸਹੀ ਤਾਂ ਜੌਂਡੀਅਰ ਦੇ ਆ ਇਹ ਠੀਕ ਹੈ ਤੇ ਇਹ ਅਸੀਂ ਫਿਟਿੰਗ ਕਰਵਾ ਕੇ ਲਾਏ ਹੋਏ ਆ ਠੀਕ ਹੈ ਇਹਦੇ ਥੋੜ੍ਹੇ ਜਿਹੇ ਮਤਲਬ ਐਂ ਸੀ ਇਹ ਸਾਨੂੰ ਸਸਤੇ ਪੈ ਗਏ ਸੀ ਕਿਸੇ ਯਾਰ ਦੋਸਤ ਕੋਲ ਪਏ ਸੀ ਅਤੇ ਇਹ ਲਿਆ ਕੇ ਅਸੀਂ ਫਿੱਟ ਕਰਵਾ ਤੇ ਠੀਕ ਹੈ ਕਿੰਨੇ ਕਿਲੋ ਦਾ ਬਾਈ ਇੱਕ ਇਹ 40 ਕਿਲੋ ਦਾ ਜੀ ਠੀਕ ਹੈ 40 ਕਿਲੋ ਦਾ ਪੇਟ 2 ਕੁਇੰਟਲ ਇਹਨਾਂ ਦਾ ਹੋ ਗਿਆ ਅਤੇ 70-75 ਕਿਲੋ ਆਪਣੇ ਆ ਜਿਹੜਾ ਚੁੱਲ੍ਹਾ ਕਹਿ ਸਕਦੇ ਹਾਂ ਆਪਾਂ ਇਹਦਾ ਹੋ ਗਿਆ ਠੀਕ ਹੈ ਇਹਦਾ ਹੈ ਹਾਂਜੀ ਹਾਂ ਠੀਕ ਹੈ ਜੀ ਅਤੇ PB 03-5502 ਹੀ ਨੰਬਰ ਆ ਟਰੈਕਟਰ ਦਾ ਅਤੇ 5502 ਹੀ ਇਹ ਜੀ ਮਾਡਲ ਵੀ 5502 ਆ ਇਹ ਨੰਬਰ ਅਸਲ ਨਾ ਜਦੋਂ ਟਰੈਕਟਰ ਸਾਡਾ ਮਨ ਬਣ ਗਿਆ ਸੀ ਵੀ ਕੋਟਾ ਅਸਲ ਅਸੀਂ ਸਾਰੇ ਟਰੈਕਟਰ ਦੇਖ ਕੇ 2 ਟਰੈਕਟਰ ਸਿਲੈਕਟ ਕੀਤੇ ਸੀ ਜੌਂਡੀਅਰ 5510 ਫੋਰ ਵੀਲ ਜਿਹੜਾ ਆਉਂਦਾ ਅਤੇ ਕੋਟਾ ਠੀਕ ਹੈ 5502 ਇਹਨਾਂ 2 'ਚੋਂ ਸਿਲੈਕਟ ਕਰਨਾ ਸੀ ਅਸੀਂ ਵੀ ਇੱਕ ਕਿਹੜਾ ਲੈਣਾ ਠੀਕ ਹੈ ਚਲੋ ਉਹਦਾ ਅਸੀਂ ਡੈਮੋ ਵੀ ਲਾਇਆ ਵਧੀਆ ਬੰਦੇ ਆਪਣੇ ਬਠਿੰਡੇ ਵਾਲੇ ਏਜੰਸੀ ਵਾਲੇ ਜੌਂਡੀਅਰ ਵਾਲੇ ਵੀ ਅਤੇ ਉਹਦਾ ਡੈਮੋ ਵੀ ਲਾਇਆ ਅਸੀਂ ਫਿਰ ਸਾਨੂੰ ਦੋਨਾਂ 'ਚੋਂ ਇਹ ਠੀਕ ਲੱਗਿਆ ਠੀਕ ਅਤੇ ਅਸੀਂ ਇਹਦਾ ਕਰ ਲਿਆ ਫਿਰ ਅਸੀਂ ਟਰੈਕਟਰ ਦਾ ਨੰਬਰ ਪਹਿਲਾਂ ਹੀ ਬੁੱਕ ਕਰਵਾਤਾ ਸੀਗਾ ਉਹਦੀ ਕੁਛ ਪੇਮੈਂਟ ਜੀ ਹੁੰਦੀ ਆ ਉਹ ਔਨਲਾਈਨ ਕਰਵਾ ਕੇ ਠੀਕ ਹੈ ਖੁਦ ਹੀ ਕਰਤਾ ਸੀ ਮੈਂ ਇੱਕ ਆਪਣੇ ਰਿਸ਼ਤੇਦਾਰਾਂ ਨੇ ਹੁਣ ਲਿਆ ਗੋਡ ਸ਼ਮੀਰ ਤੋਂ ਉਹਨਾਂ ਦਾ ਵੀ ਸੇਮ ਨੰਬਰ ਹੀ ਆ ਬਸ ਉਹਨਾਂ ਦਾ VL ਆ ਮੇਰਾ ਖਿਆਲ ਇਹ VK ਆ 5502 ਹੀ ਉਹਨਾਂ ਦਾ ਮਾਡਲ ਵੀ ਇਹੀ ਹੈ ਅਤੇ ਟਰੈਕਟਰ ਉਹ ਵੀ ਨਹੀਂ ਆਪਾਂ ਐਂ ਨਹੀਂ ਕਹਿ ਸਕਦੇ ਉਹਨਾਂ 'ਚ ਸਾਨੂੰ ਸਾਡੀ ਰਿਕੁਆਇਰਮੈਂਟ ਇਹ ਤਾਂ ਠੀਕ ਸੀ ਅਤੇ ਟਰੈਕਟਰ ਉਹ ਵੀ ਨਹੀਂ ਮਾੜਾ ਟਰੈਕਟਰ ਸਾਰੇ ਆਪੋ ਆਪਦੀ ਥਾਂ 'ਤੇ ਸਹੀ ਹੁੰਦੇ ਆ ਜੇ ਆਪਾਂ ਕਿਸੇ ਟਰੈਕਟਰ ਨੂੰ ਆਪਾਂ ਨਿੰਦ ਕੇ ਨਹੀਂ ਉਹ ਕਰਨਾ ਵੀ ਉਹ ਟਰੈਕਟਰ ਮਾੜਾ ਉਹ ਆਪਣੀ ਰਿਕੁਆਇਰਮੈਂਟ ਕੀ ਆ ਉਹ ਤਾਂ ਡਿਪੈਂਡ ਕਰਦਾ ਵੀ ਠੀਕ ਹੈ ਜੀ ਹਾਂਜੀ ਅਤੇ ਇਹਦੇ ਬਾਈ ਫਿਰ ਕੰਪਰੈਸ਼ਰ ਇਹਦੇ ਕਿਹੜੇ ਪਾਸੇ ਲਾਤਾ ਕੰਪਰੈਸ਼ਰ ਇਹਦੇ ਇਸ ਤਰ੍ਹਾਂ ਵਿੱਚ ਲੱਗਿਆ ਹੋਇਆ ਉਹਦੀ ਫਿਟਿੰਗ ਵੀ ਵਿੱਚ ਹੀ ਆ ਇਸ ਤਰ੍ਹਾਂ ਲੱਗਿਆ ਸਾਈਡ ਠੀਕ ਹੈ ਸਾਈਡ 'ਤੇ ਕਰਤਾ ਹਾਂਜੀ ਹਾਂ ਇਹ ਥੋੜ੍ਹੀ ਜਿਹੀ ਸਾਨੂੰ ਉਹ ਕੰਪਲੇਨ ਮਵਾਉਣ ਦੀ ਦਿੱਕਤ ਆਈ ਸੀ ਉਹ ਥੋੜ੍ਹੀ ਜਿਹੀ ਮਿਲਦੀ ਨਹੀਂ ਸੀ ਅੰਦਰ ਉਹ ਫਿਰ ਅਸੀਂ ਬਠਿੰਡੇ ਮਿਸਤਰੀ ਹੈ ਆਪਣੇ ਵਧੀਆ ਟੋਪ ਦੇ ਚੰਦ ਮਿਸਤਰੀ ਕੇ ਵਜ੍ਹਾ ਤਕਰੀਬਨ ਸਾਡਾ ਏਰੀਆ ਜਾਣਦਾ ਸਾਰਾ ਉਹ ਤੋਂ ਬਣਵਾ ਕੇ ਲਵਾਤੀ ਸੀ ਉਹ ਵਧੀਆ ਲਾਈ ਬੰਦੇ ਨੇ ਸ਼ੌਂਕ ਨਾਲ ਉਹਨੇ ਠੀਕ ਹੈ ਅਤੇ ਹੁਣ ਕੋਈ ਦਿੱਕਤ ਨਹੀਂ ਸਾਨੂੰ ਠੀਕ ਆਹ ਪੈਪ ਜਾਂਦੀ ਹੈਗੀ ਹਵਾ ਹਾਂਜੀ ਇਹ ਗਰਮ ਵਾਲੀ ਆ ਗਈ ਅਤੇ ਨਾਲ ਠੰਡੇ ਵਾਲੀ ਆ ਗਈ ਠੀਕ ਹੈ ਇਹ ਨਾਲ ਠੰਡੀ ਹਵਾ ਵਾਲੀ ਆ ਗਈ ਇਹ ਗਰਮ ਹਵਾ ਵਾਲੀ ਪੈਪ ਆ ਗਈ ਠੀਕ ਹੈ ਅਤੇ ਇਹਦੇ 'ਚ ਫਿਰ ਹੀਟਰ ਦੀ ਆਪਸ਼ਨ ਨਹੀਂ ਰੱਖੀ ਸੀ ਕੈਬਨ 'ਚ ਬਾਈ ਨਹੀਂ ਹੀਟਰ ਦੀ ਸਾ ਅਸੀਂ ਨਹੀਂ ਉਹ ਬਾਈ ਤਾਂ ਕਹਿੰਦਾ ਸੀਗਾ ਪਰ ਸਾਡੇ ਕੋਈ ਸਾਨੂੰ ਰਿਕੁਆਇਰਮੈਂਟ ਲੱਗੀ ਨਹੀਂ ਉਹਦੀ ਕਿਸੇ ਨਹੀਂ ਠੀਕ ਹੈ ਕਿਉਂਕਿ ਉਹਦਾ ਫਿਰ ਇੰਜਨ 'ਚੋਂ ਕਰਨਾ ਪੈਣਾ ਸੀ ਅਤੇ ਸਾਨੂੰ ਬਾਕੀ ਸਰਦੀਆਂ 'ਚ ਤਾਂ ਕੋਈ ਇੰਨੀ ਉਹ ਹੁੰਦੀ ਨਹੀਂ ਬਲੋਰ ਨਾਲ ਹੀ ਕੰਮ ਜੇ ਕੋਈ ਮਾੜੀ ਮੋਟੀ ਗਰਮੀ ਤਾਂ ਬਲੋਰ ਨਾਲ ਚੱਲੀ ਜਾਂਦਾ ਅਤੇ ਬਾਕੀ ਸਰਦੀਆਂ 'ਚ ਇੰਨੀ ਕੋਈ ਲੋੜ ਹੀ ਨਹੀਂ ਸਾਨੂੰ ਕੋਈ ਇਹਦੀ ਰਿਕੁਆਇਰਮੈਂਟ ਲੱਗੀ ਨਹੀਂ ਇਸ ਚੀਜ਼ ਦੀ
ਠੀਕ ਹੈ ਤੇ ਬਾਕੀ ਵਧੀਆ ਤਰੀਕੇ ਨਾਲ ਕੰਮ ਕਰਿਆ ਕੋਈ ਇਹੋ ਜਿਹੀ ਗੱਲ ਨਹੀਂ ਟਾਈਮ ਜ਼ਰੂਰ ਆਪਾਂ ਇਸ ਚੀਜ਼ ਵੀਡੀਓ ਰਾਹੀਂ ਤੁਹਾਡੀ ਇੱਕ ਦੇਖਦੇ ਹੋਣਗੇ ਤਾਂ ਇਹ ਮਤਲਬ ਕਹਿ ਸਕਦੇ ਟਾਈਮ ਜ਼ਰੂਰ ਵੱਧ ਲੈਂਦੇ ਉਹ ਠੀਕ ਹੈ ਅਤੇ ਕੰਮ ਵਧੀਆ ਕਰਦੇ ਫਿਰ ਕਿੰਨੇ ਟਾਈਮ 'ਚ ਬਾਈ ਫਿਰ ਉਹ ਕਰਤਾ ਸੀਗਾ ਫਿੱਟ ਕਰਤਾ ਸੀ ਟਾਈਮ ਤਾਂ ਬਾਈ ਜੀ ਵੱਧ ਹੀ ਲੱਗ ਗਿਆ ਸੀ ਉਹ ਨਾ ਮਕਾਨ ਪਾ ਰਿਹਾ ਸੀ ਬਾਈ ਆਪਣਾ ਅਤੇ ਉਹ ਮਕਾਨ ਦੇ ਚੱਕਰ 'ਚ ਫਿਰ ਟਾਈਮ ਤਾਂ ਸਾਨੂੰ ਤਾਂ ਮਤਲਬ 2 ਮਹੀਨੇ ਵਾਂਗੂ ਲੱਗ ਗਿਆ ਸੀਗਾ ਠੀਕ ਹੈ ਅਤੇ ਪਰ ਉਹ ਕਹਿੰਦੇ ਆ ਵੀ 15-20 ਦਿਨਾਂ 'ਚ ਅਸੀਂ ਦੇ ਦਿੰਦੇ ਹਾਂ ਅਤੇ ਸਾਨੂੰ ਕੋਈ ਕਾਹਲ ਨਹੀਂ ਸੀ ਕਰ ਅਸੀਂ ਕਣਕ ਬੀਜ ਕੇ ਛੱਡ ਆਏ ਸੀ ਫਿਰ ਉਦੋਂ ਬਾਅਦ ਅਤੇ ਬਾਅਦ 'ਚ ਲਿਆਏ ਸੀ ਠੀਕ ਹੈ ਲਓ ਬਈ ਮਿੱਤਰੋ ਹੁਣ ਤੁਹਾਨੂੰ ਅੰਦਰੋਂ ਬਹਿ ਕੇ ਦਿਖਾਉਣੇ ਆ ਅਤੇ ਅੰਦਰੋਂ ਦਿਖਾਉਣਾ ਤੁਹਾਨੂੰ ਏਸੀ ਕੈਬਨ ਦੀ ਫਿਟਿੰਗ ਅਤੇ ਨਾਲੇ ਆਪਾਂ ਏਸੀ ਚਲਾ ਕੇ ਦੇਖਦੇ ਹਾਂ ਚਲੋ ਜਦੋਂ ਏਸੀ ਚਲਾ ਕੇ ਦੇਖਾਂਗੇ ਤੁਹਾਨੂੰ ਤਾਂ ਨਹੀਂ ਠੰਡੀ ਹਵਾ ਦਾ ਪਤਾ ਲੱਗਣਾ ਤਾਂ ਮੈਨੂੰ ਹੀ ਪਤਾ ਲੱਗੂ ਪਰ ਤੁਹਾਨੂੰ ਮੈਂ ਇਹ ਦੱਸ ਸਕਦਾ ਵੀ ਕੂਲਿੰਗ ਹੈ ਕਿੰਨੀ ਕੁ ਇਹ ਜਿਹੜੀ ਇਹਦੀ ਇਹ ਫਿਟਿੰਗ ਆ ਗਈ ਨਾ ਜਿਵੇਂ ਇਹਦੀ ਹੁਣ ਆਹ ਵਿੰਡੋ ਆਪਾਂ ਇਹਨੂੰ ਬੰਦ ਕਰਾਂਗੇ ਇਸ ਤਰੀਕੇ ਨਾਲ ਇਹ ਬੰਦ ਹੋ ਗਈ ਠੀਕ ਹੈ ਜੀ ਅਤੇ ਜਿਹੜੇ ਵਿੱਚ ਇਹਦੀ ਆਵਾਜ਼ ਬਹੁਤ ਘੱਟ ਆ ਰਹੀ ਆ ਬਾਈ ਹੈ ਨਾ ਟਰੈਕਟਰ ਦੀ ਅਤੇ ਪਹਿਲਾਂ ਹੀ ਆਪਾਂ ਤਾਂ ਕਹਿਣਾ ਜਿਵੇਂ ਕਬੋਟਾ ਸਾਈਲੈਂਟ ਟਰੈਕਟਰ ਆ ਜਿਹਦੇ ਏ ਸੀ ਕੈਬਨ ਲੱਗ ਗਿਆ ਜਮੀ ਕਾਰ ਵਾਂਗੂ ਹੋ ਗਿਆ ਇਹ ਹਾਂਜੀ ਹਾਂ ਆਵਾਜ਼ ਬਹੁਤ ਘੱਟ ਆਉਂਦੀ ਆ ਸਾਈਲੈਂਟ ਪਹਿਲਾਂ ਹੀ ਆ ਕੁਛ ਤਾਂ ਇਹ ਕੁਛ ਬਾਕੀ ਆਏ ਆ ਵੀ ਕੈਬਨ ਨਾਲ ਤਾਂ ਜਮੀ ਘੱਟ ਆਉਣ ਲੱਗੇ ਜੀ ਆਵਾਜ਼ ਠੀਕ ਹੈ ਜੀ ਅਤੇ ਆਪਾਂ ਇੱਥੋਂ ਹੀ ਕਰਦੇ ਸਟਾਰਟ ਅਤੇ ਜਿਹੜੀਆਂ ਇਹ ਜਾਲੀਆਂ ਆ ਗਈਆਂ ਬਾਈ ਇਹ ਕੂਲਿੰਗ ਕੋਇਲ ਆ ਜੀ ਅੱਗੇ ਇਹਦੇ ਉੱਪਰ ਲਾਈ ਹੋਈ ਆ ਠੀਕ ਹੈ ਕੂਲਿੰਗ ਕੋਇਲ ਲੱਗੀ ਹੋਈ ਇਹਨਾਂ ਠੀਕ ਹੈ ਆਹ ਬਲੋਰ ਆ ਗਿਆ ਆਪਣੇ ਇਹ 6 ਅਸੀਂ ਅਲੱਗ ਅਲੱਗ ਲਵਾਏ ਮੈਂ ਪਹਿਲਾਂ ਵੀ ਦੱਸਿਆ ਠੀਕ ਹੈ ਤਿੰਨ ਇੱਧਰ ਆ ਗਏ ਮੂਹਰੇ ਹਾਂਜੀ ਤਿੰਨ ਆ ਆ ਗਏ ਹਾਂਜੀ ਠੀਕ ਹੈ 6 ਬਲੋਰ ਆ ਗਏ ਇੱਕ ਐਂ ਹੁੰਦਾ ਨਾ ਬਾਈ ਏਸੀ ਕੈਬਨ ਦੇ ਆਏ ਪਹਿਲਾਂ ਤਾਂ 4 ਤਾਂ ਮੂਹਰੇ ਐਂ ਲਗਾਤਾਰ ਲਾਈਨ 'ਚ ਲੱਗੇ ਹੋਏ ਹੁੰਦੇ ਆ ਹਾਂਜੀ ਅਤੇ ਇਹਦੇ ਫਿਰ ਤੁਸੀਂ ਵੀ ਹਵਾ ਬਾਹਲੀ ਸਿਰ 'ਚ ਜੇ ਬੱਜੀ ਜਾਂਦੀ ਇਸ ਜਗ੍ਹਾ 'ਤੇ ਲੱਗੇ ਹੁੰਦੇ ਜੀ ਪਹਿਲਾਂ ਨਾ ਜਿਹੜੇ ਟਰੈਕਟਰ ਲੱਗੇ ਆ ਉਹ ਇਸ ਜਗ੍ਹਾ 'ਤੇ ਇੱਥੇ ਬੰਦਾ ਬੈਠਾ ਤਾਂ ਇਹਦੇ ਸਾਹਮਣੇ ਮਤਲਬ ਮੱਥੇ 'ਚ ਵੱਜਦੇ ਠੀਕ ਹੈ ਨਹੀਂ ਮੈਂ ਇੱਥੇ ਵੀ ਲੱਗੇ ਦੇਖੇ ਬਾਈ ਹਾਂਜੀ ਹਾਂ ਵਿੱਚ ਬਹੁਤ ਏਸੀ ਕੈਬਨ ਇੱਥੇ ਵੀ ਹੁੰਦੇ ਆ ਜਿਵੇਂ ਤੁਸੀਂ ਕਹਿੰਦੇ ਆ ਵਿੱਚ ਟਰੈਕਟਰਾਂ ਦੇ ਇੱਥੇ ਵੀ ਹੈਗੇ ਆ ਪਰ ਜ਼ਿਆਦਾਤਰ ਉਹ ਐਂ ਫਰੰਟ 'ਤੇ ਲਾਉਂਦੇ ਆ ਵੀ ਕੂਲਿੰਗ ਜ਼ਿਆਦਾ ਮਤਲਬ ਬੰਦੇ ਨੂੰ ਚਾਹੀਦੇ ਆ ਇਸ ਜਗ੍ਹਾ 'ਤੇ ਲਾਉਂਦੇ ਆ ਪਰ ਸਾਡੀ ਅਸੀਂ ਵੀ ਇਸ ਜਗ੍ਹਾ 'ਤੇ ਤਾਂ ਲਵਾਏ ਆ ਵੀ ਕਈ ਵਾਰ ਪਾਸੇ ਹੁਣ ਇਸ ਚੀਜ਼ ਨੂੰ ਤਾਂ ਬੱਸ ਵੀ ਕਰ ਸਕਦੇ ਹਾਂ 5 ਸਾਈਡ ਵਾਲਾ ਬੰਦਾ ਬੈਠਾ ਉਸ ਨੂੰ ਵੀ ਕਰ ਸਕਦੇ ਹਾਂ ਤਾਂ ਕਰਕੇ ਅਸੀਂ ਅਲੱਗ ਲਵਾਏ ਠੀਕ ਹੈ ਹਾਂਜੀ ਲਓ ਜੀ 6 ਫਲੋਰ ਆ ਗਏ 3 ਮੂਹਰੇ ਅਤੇ 3 ਪਿੱਛੇ ਅਤੇ ਇਹ ਆ ਕਿ ਉਵੇਂ ਜਿਵੇਂ ਆਪਣੇ ਕਾਰਾਂ 'ਚ ਲਾਈਟ ਹੁੰਦੀ ਆ ਅਤੇ ਜੇ ਵਿਚਾਲੇ ਹੋਊਗੀ ਤਾਂ ਜੇ ਡੋਰ ਖੁੱਲ੍ਹਾ ਹੋਊ ਤਾਂ ਆ ਜਾਵੇਗੀ ਅਤੇ ਸਾਈਡ ਵਾਲੀ ਔਫ ਆ ਗਈ ਅਤੇ ਇੱਧਰ ਆਪਾਂ ਆਉਣ ਨੂੰ ਕਰ ਸਕਦੇ ਹਾਂ ਅਤੇ ਇਹ ਮਿਊਜ਼ਿਕ ਸਿਸਟਮ ਆ ਗਿਆ ਇਹ JBL ਦੇ ਬਾਈ ਨੇ 2 ਸਪੀਕਰ ਦੇ ਤੇ ਅਤੇ ਇਹਦਾ ਐਂਪਲੀਫਾਇਰ ਕਿੱਧਰ ਕਰਤਾ ਬਾਈ ਬਾਈ ਜੀ ਇਹਨਾਂ JBL ਦੇ ਲਾਇਆ ਸੀ ਕਿਉਂਕਿ ਬਾਹਲੀ ਮਤਲਬ ਜਿਹੜੀ ਆਪਾਂ ਆਵਾਜ਼ ਅੰਦਰ ਤਾਂ ਕੋਈ ਜ਼ਿਆਦਾ ਜ਼ਰੂਰਤ ਨਹੀਂ ਗੀ ਇਸ ਕਰਕੇ ਅਸੀਂ ਆਹ JBL ਦੇ ਸਪੀਕਰ ਲਵਾ ਦਿਓ ਅਤੇ ਸਕਰੀਨ ਲਵਾ ਦੀ ਮਤਲਬ ਡਿਸਪਲੇ ਲਵਾ ਦੀ ਹਾਂਜੀ ਹਾਂ ਡਿਸਪਲੇ ਲਵਾ ਦੀ ਠੀਕ ਹੈ ਇਸ ਤਰ੍ਹਾਂ ਚੱਲ ਪਈ ਠੀਕ ਹੈ ਲਓ ਜੀ ਡਿਸਪਲੇ ਔਨ ਹੋ ਗਈ ਠੀਕ ਹੈ ਅਤੇ ਹੁਣ ਆਈ ਬਸ ਬਲੂਟੁੱਥ ਨਾਲ ਕਨੈਕਟ ਹੋ ਜੂ ਹਾਂਜੀ ਬਲੂਟੁੱਥ ਵੀ ਹੋ ਜੂਗਾ ਇਹਦੇ 'ਚ ਮਤਲਬ ਯੂਟਿਊਬ ਵਗੈਰਾ ਕੁਛ ਵੀ ਆ ਉਹ ਆਪਾਂ ਔਨਲਾਈਨ 'ਚ ਲਵਾ ਸਕਦੇ ਹਾਂ ਠੀਕ ਹੈ ਯੂਟਿਊਬ ਫੇਸਬੁੱਕ ਵਾਈਫਾਈ ਅਟੈਚ ਕਰਕੇ ਇਹਦੇ ਆਪਾਂ ਕੁਛ ਵੀ ਚਲਾ ਸਕਦੇ ਹਾਂ ਠੀਕ ਹੈ ਹਾਂਜੀ ਹਾਂ ਬਾਕੀ ਕੈਮਰੇ ਵਗੈਰਾ ਦੀ ਇਹਦੇ 'ਚ ਸ਼ੋ ਹੋ ਜਾਂਦਾ ਜੇ ਕੋਈ ਹੋਊਗਾ ਠੀਕ ਹੈ ਆਹ ਪਿੱਛੇ ਕੈਮਰਾ ਵੀ ਲੱਗਿਆ ਹੋਇਆ ਹਾਂਜੀ ਠੀਕ ਹੈ ਜੀ ਅਤੇ ਆਹ 2 ਟਵਿੱਟਰ ਆ ਗਏ ਅਤੇ ਜਿਹੜਾ ਮਿਊਜ਼ਿਕ ਸਿਸਟਮ ਆ ਇਹਦੇ ਨਾਲ ਆਵਾਜ਼ ਆ ਜਿਹੜੀ ਵਧੀਆ ਆਉਂਦੀ ਆ ਅਤੇ ਇੱਧਰ ਆਹ ਫਾਇਰ ਵਾਲੀ ਬੋਤਲ ਦੇ ਦੀ ਬਾਈ ਨੇ ਕਈ ਵਾਰੀ ਕੋਈ ਅੱਗ ਲੱਗਣ ਦਾ ਕੋਈ ਖਤਰਾ ਹੋਵੇ ਤਾਂ ਆਪਾਂ ਇਹਨੂੰ ਵਰਤ ਸਕਦੇ ਹਾਂ ਅਤੇ ਆਹ ਜਿਹੜੀਆਂ ਆਹ ਸਵਿਚਸ ਆ ਗਈਆਂ ਬਾਈ ਇਹ ਕਾਹਦੀਆਂ ਇਹ ਬਾਈ ਜੀ ਮਤਲਬ 2 ਤਾਂ ਲਾਈਟ ਆ ਗਿਆ ਇਹ ਅੱਗੇ ਲਾਈਟਾਂ 2 ਹਾਈ ਲੁਕਸ ਦਾ ਲੱਗੇ ਹੋਈਆਂ ਲਾਈਟਾਂ ਅਤੇ ਇੱਕ ਇਹਨੇ ਜੋ ਆ ਗਈ ਬਾਹਰ ਇੰਡੀਕੇਟਰ ਦੀ ਇੱਕ ਕੈਮਰੇ ਦੀ ਆ ਗਈ ਇੱਕ ਬੈਕ ਸਾਈਡ ਦੇ ਲਾਈਟ ਦੀ ਆ ਗਈ ਇੱਕ ਫਰੀ ਰੱਖੀ ਹੋਈ ਹੈ ਜੇ ਆਪਾਂ ਕੋਈ ਜ਼ਰੂਰਤ ਆ ਤਾਂ ਠੀਕ ਹੈ ਵਾਈਪਰ ਦੀ ਆ ਗਈ ਆਹ ਵਾਈਪਰ ਦੀ ਆ ਗਈ ਠੀਕ ਹੈ ਵਾਈਪਰ ਚਲਾ ਕੇ ਦਿਖਾਓ ਬਾਈ ਠੀਕ ਹੈ ਇਸ ਤਰ੍ਹਾਂ ਪਾਣੀ ਵੀ ਮਾਰਦਾ ਹੋਊ ਬਾਈ ਇਹ ਪਾਣੀ ਵਾਲਾ ਨਹੀਂ ਲੱਗਿਆ ਹੋਇਆ ਇਹ ਆਪਸ਼ਨ ਰਖਾਈ ਨਹੀਂ ਪਾਣੀ ਦੀ ਠੀਕ ਹੈ ਪਾਣੀ ਦਾ ਨਾ ਸਾਨੂੰ ਦਿੱਕਤ ਇਹ ਸੀਗੀ ਵੀ ਬਾਹਲੀ ਕੋਈ ਇਸ ਟਾਈਮ ਜ਼ਰੂਰਤ ਆਪਾਂ ਨੂੰ ਹੁੰਦੀ ਨਹੀਂ ਇਸ ਚੀਜ਼ ਦੀ ਫਿਰ ਉਹ ਵਾਰੀ ਵਾਰੀ ਉਸ ਚੀਜ਼ ਨਾਲ ਜਿੰਨਾ ਆਪਾਂ ਕੰਮ ਵਧਾਵਾਂਗੇ ਨਾ ਮਤਲਬ ਉਸ ਚੀਜ਼ ਨਾਲ ਦਿੱਕਤਾਂ ਹੀ ਆਉਂਦੀਆਂ ਕੱਲ੍ਹ ਨੂੰ ਤਾਂ ਕਰਕੇ ਨਹੀਂ ਲਵਾਈ ਠੀਕ ਹੈ ਵੀ ਮਤਲਬ ਮੇਨ ਮੋਟਿਵ ਤੁਸੀਂ ਏ ਸੀ 'ਤੇ ਰੱਖ ਕੇ ਚੱਲਦੇ ਹੋ ਏ ਸੀ ਬਸ ਏ ਸੀ ਹੋਵੇ ਬਹੁਤ ਆ ਹਾਂਜੀ ਹਾਂ ਠੀਕ ਹੈ ਅਤੇ
ਇੱਧਰ ਦੇਖੋ ਜਿਹੜਾ ਇਹ ਸ਼ੀਸ਼ਾ ਆ ਗਿਆ ਚੌਰਸ ਜਿਵੇਂ ਤੁਹਾਨੂੰ ਬਾਹਰ ਦਿਖਾਇਆ ਸੀ ਹੈ ਨਾ, ਅਤੇ ਇਸ ਤਰ੍ਹਾਂ ਇਹ ਐਵੇਂ ਖੁੱਲ ਜਾਂਦਾ, ਠੀਕ ਹੈ, ਇਸ ਤਰ੍ਹਾਂ ਇਹ ਉੱਪਰ ਨੂੰ ਹੋ ਜਾਂਦਾ ਇੱਕ ਵਾਰੀ, ਅਤੇ ਐਂ ਆਪਾਂ ਇਹਨੂੰ ਆਸਾਨੀ ਨਾਲ ਐਂ ਥੱਲੇ ਨੂੰ ਕਰ ਸਕਦੇ, ਬਸ ਐਂ ਲੱਗ ਗਿਆ ਜੀ, ਠੀਕ ਹੈ ਜੀ। ਅਤੇ ਇਹ ਦੋਵੇਂ ਹਾਈਡਰੋਲਿਕ ਸਿਸਟਮ ਆ, ਇਹਦਾ ਹਾਈਡਰੋਲਿਕ ਸਿਸਟਮ ਇਹਦੇ ਲੱਗਿਆ ਹੋਇਆ ਹੈਗਾ। ਅਤੇ ਇਹਦਾ ਜਿਹੜਾ ਆ ਪਿੱਛੇ ਆ ਬਾਈ, ਦੇਖਣ ਨੂੰ ਜਿਹੜਾ ਸ਼ੀਸ਼ਾ ਲਾਇਆ ਵਧੀਆ ਦਿਸਦਾ ਹੈ ਨਾ ਪਿੱਛੇ, ਕੋਈ ਵੀ ਇੰਪਲੀਮੈਂਟ ਪਾਇਆ ਹੋਵੇ, ਤੂੜੀ ਵਾਲੀ ਮਸ਼ੀਨ, ਰਿਪਰ, ਹੈ ਨਾ, ਸਾਰਾ ਕੁਛ ਵਧੀਆ ਦਿਸਦਾ ਸ਼ੀਸ਼ੇ ਨਾ। ਇਹ ਮਤਲਬ ਵਿਜੀਬਲ ਸ਼ੀਸ਼ੇ ਆ, ਉਹ ਆਮ ਸ਼ੀਸ਼ਾ ਨਹੀਂ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਇਹ ਤਾਂ ਮਤਲਬ ਧੂੜ ਮਿੱਟੀ ਵਾਲੀ ਖੜਦੀ ਨਹੀਂ, ਠੀਕ ਹੈ, ਸ਼ੀਸ਼ੇ ਇਹਦੇ ਉਹ ਡਿੱਗੀ ਹੁੰਦੀ ਹੈ ਨਾਲ ਦੀ ਨਾਲ, ਇਸ ਤਰ੍ਹਾਂ ਨਹੀਂ ਵੀ ਕੋਈ ਮਿੱਟੀ ਰੇਤਾ ਉੱਤੇ ਜੰਮ ਜੁਝਿਆ ਹੋਵੇ, ਠੀਕ ਹੈ, ਹਾਂਜੀ ਹਾਂ। ਅਤੇ ਇੱਧਰ ਬਾਈ ਫਿਰ ਸਾਰੇ ਲੀਵਰ ਵਧੀਆ ਚੰਗੀ ਫਿਟਿੰਗ ਕੀਤੀ ਹੋਈ ਆ ਬਾਈ ਦੀ, ਹੈ ਨਾ, ਬਹੁਤ ਵਧੀਆ ਤਰੀਕੇ ਨਾਲ ਫਿਟਿੰਗ, ਠੀਕ ਹੈ। ਬਾਕੀ ਹਜੇ ਅਸੀਂ ਮੀਟਿੰਗ ਵਗੈਰਾ ਉੱਪਰ ਵੀ ਕਰਵਾਉਣੀ ਸੀ, ਸਾਡਾ ਟਾਈਮ ਹੀ ਘੱਟ ਮਿਲਿਆ ਸਾਨੂੰ ਮੌਕੇ 'ਤੇ, ਅੱਛਾ, ਲੈ ਕੇ ਆਏ ਅਸੀਂ, ਠੀਕ ਹੈ, ਅਤੇ ਕੁਛ ਕੰਮ ਸਾਡੇ ਰਹਿੰਦੇ ਵੀ ਹੈ ਜੇ, ਠੀਕ ਹੈ। ਕੀ ਰਹਿੰਦਾ ਬਾਈ ਹੁਣ ਇਹਦਾ ਕਰਨ ਵਾਲਾ? ਜਿਵੇਂ ਆਹ ਇੱਕ ਤਰ੍ਹਾਂ ਦੀ ਮਤਲਬ ਆਪਾਂ ਚੱਦ ਕਵਰ ਕਹਿ ਸਕਦੇ ਹਾਂ ਲਾਇਆ, ਇਹਦੇ ਉੱਪਰ ਅਸੀਂ ਮੈਟਿੰਗ ਕਰਵਾਉਣੀ ਸੀ, ਠੀਕ ਹੈ, ਵੀ ਕਈ ਵਾਰ ਕੋਈ ਮਤਲਬ ਪਾਣੀ ਵਗੈਰਾ ਜਾਂ ਕੁਛ ਡੁੱਲ ਜੇ ਤਾਂ ਉਹ ਮੈਟ 'ਤੇ ਉੱਪਰ ਰਹੇ, ਠੀਕ ਹੈ, ਉਹ ਅਸੀਂ ਸਾਰੇ 'ਚ ਹੀ ਕਰਵਾਉਣੀ ਹੈ ਮੈਟਿੰਗ, ਉਹ ਰਹਿੰਦੀ ਹੈ ਜੇ, ਠੀਕ ਹੈ। ਹਾਂ ਟਾਈਮ ਨਹੀਂ ਮਿਲਣ ਵਿੱਚ, ਸੀਜ਼ਨ ਆ ਗਿਆ ਬਾਈ ਜੀ, ਅਤੇ ਉਹਦਾ ਕਰਕੇ ਥੋੜ੍ਹਾ ਜਿਹਾ, ਠੀਕ ਹੈ, ਠੀਕ ਹੈ। ਅਤੇ ਲਓ ਵੀ ਇੱਕ ਵਾਰ ਫੇਰ ਇਹਦੀ ਥੱਲੋਂ ਫਿਟਿੰਗ ਦੇਖ ਲਓ ਵੀ ਪੂਰੀ ਵਧੀਆ ਐਨ ਬੂਟ ਵਗੈਰਾ ਲਾ ਕੇ ਵਧੀਆ ਸੈੱਟ ਕੀਤਾ ਹੋਇਆ ਪੂਰਾ ਕੰਮ, ਹਾਈ ਲੋ ਗੇਅਰ ਵਾਲਾ ਆ ਗਿਆ, ਅਤੇ ਇੱਧਰਲੇ ਪਾਸੇ ਉਹ ਵੀ ਦਿਖਾ ਦਿੰਦੇ ਜੀ ਸਾਰੀ ਫਿਟਿੰਗ, ਲਿਫਟ ਆ ਗਈ, ਠੀਕ ਹੈ, ਲਿਫਟ ਵਾਲਾ ਸਿਸਟਮ ਆ ਗਿਆ, ਹਾਂਜੀ, ਠੀਕ ਹੈ। ਅਤੇ ਇੱਧਰ ਆ ਬ੍ਰੇਕ ਸਿਸਟਮ, ਇੱਧਰ ਜਿਵੇਂ ਥੱਲੇ ਤੋਂ ਵੀ ਪੂਰਾ ਕਵਰ ਕਰਦਾ ਇਹ, ਜਿਵੇਂ ਆਪਾਂ ਨੂੰ ਮੂਹਰਲਾ ਟਾਇਰ ਦਿਸੀ ਜਾਂਦਾ, ਪੂਰਾ ਸਾਰਾ ਥਾਂ ਕਵਰ ਕਰਦਾ, ਸਾਨੂੰ ਇੱਧਰੋਂ ਵੀ ਦਿਖਾਉਣਾ ਮੈਂ, ਠੀਕ ਹੈ, ਸਾਰਾ ਕਵਰ ਕਰਦਾ ਇਹ ਸਾਰਾ ਥਾਂ। ਅਤੇ ਲਓ ਬਾਈ ਫਿਰ ਹੁਣ ਦੇਖੀਏ ਫਿਰ ਇਹਨੂੰ ਆਪਾਂ, ਹਾਂਜੀ, ਤੁਰ ਕੇ, ਹਾਂਜੀ, ਚਲੋ ਚਲੋ। ਜਿਵੇਂ ਕਹਿੰਦੇ ਨਾ ਕਬੂਟਾ ਸਾਈਲੈਂਟ ਆ, ਬਾਕੀ ਸਾਈਲੈਂਟ ਆ, ਅਤੇ ਵਿੱਚ ਏ ਸੀ ਕਹਿ ਬੰਦੇ ਬੈਠ ਕੇ ਆਵਾਜ਼ ਬਹੁਤ ਘੱਟ ਆਉਂਦੀ ਆ, ਬਹੁਤ ਘੱਟ, ਹਾਂਜੀ ਹਾਂ, ਇੱਕ ਕਾਰ ਵਾਲੀ ਫੀਲਿੰਗ ਆਉਂਦੀ ਆ ਬਾਈ, ਹੈ ਨਾ, ਹਾਂਜੀ ਹਾਂ, ਵਿੱਚ ਤਾਂ ਬਿਲਕੁਲ ਪਤਾ ਨਹੀਂ ਲੱਗਦਾ ਕਿ ਫੋਨ 'ਤੇ ਗੱਲ ਕਰਨੀ ਹੈ ਜਾਂ ਹੋਰ ਆ, ਉਹ ਜਦੋਂ ਮਰਜ਼ੀ ਕਰੀ ਚਲੋ, ਹਾਂਜੀ, ਵਧੀਆ ਮਤਲਬ ਤਰੀਕੇ ਨਾਲ ਆਇਆ, ਹਾਂ, ਠੀਕ ਹੈ। ਇਹ ਬਾਈ ਜਿਵੇਂ ਹੁਣ ਤੁਸੀਂ ਜਿਵੇਂ ਤੁਹਾਡੇ ਚਿੱਟੇ ਕੱਪੜੇ ਪਾਏ ਹੋਏ ਆ, ਹੈ ਨਾ, ਇਹ ਬਸ ਚਾਹੇ ਜਿੰਨੀ ਮਰਜ਼ੀ ਬਾਹਰ ਹਨੇਰੀ ਨੂਰੀ ਆਈ ਜਾਵੇ, ਬਸ ਜਦੋਂ ਆਈ ਚਿੱਟੇ 'ਤੇ ਆਈ ਉਤਰੋਗੇ ਬਿਨਾਂ ਲਿਪੜੇ, ਪਤਾ ਕੀ ਗੱਲ ਹੈ, ਕਈ ਵਾਰ ਹੁਣ ਮਤਲਬ ਮੈਂ ਤੁਹਾਨੂੰ ਦੱਸ ਕੇ ਟਾਈਮ ਦੁਕਾਨ 'ਤੇ ਵੀ ਕਈ ਵਾਰ ਜਾਣਾ ਪੈਂਦਾ ਜਾਂ ਹੋਰ ਕਈ ਵਾਰ ਵਾਹੀ ਜਾਂਦਾ ਨੂੰ ਵੀ ਜਾਣਾ ਪੈਂਦਾ, ਹਾਂ, ਤਾਂ ਉਹ ਇਸ ਤਰ੍ਹਾਂ ਉਤਰ ਕੇ ਵਗ ਜਾਓ, ਇਹ ਨਹੀਂ ਮਤਲਬ ਵੀ ਘਰ ਜਾ ਕੇ ਮਤਲਬ ਕੱਪੜੇ ਚੇਂਜ ਕਰਕੇ ਜਾਂ ਹੋਰ ਫਿਰ ਜਾਣਾ ਪਊ ਜਾਂ ਨਹਾ ਕੇ ਜਾਣਾ ਪਊ, ਹਾਂ, ਸਮੇਂ ਦੀ ਬੱਚਤ ਕਰਤੀ ਸੀ ਕਹਿ ਪੈਂਦੇ, ਹੈ ਨਾ, ਹਾਂਜੀ ਹਾਂ, ਠੀਕ ਹੈ, ਸਾਡੇ ਕੋਲ ਸਮਾਂ ਥੋੜ੍ਹਾ ਜਿਹਾ, ਹੁਣ ਤੁਸੀਂ ਵੀ ਮਤਲਬ ਗੱਲਬਾਤ ਆਪਣੀ ਕਿੰਨੇ ਦਿਨਾਂ ਦੀ ਹੋਈ ਜਾਂਦੀ ਹੈ, ਹਾਂਜੀ, ਅਤੇ ਟਾਈਮ ਸਾਡੇ ਕੋਲ ਪਹਿਲਾਂ ਹੀ ਥੋੜ੍ਹਾ ਜਿਹਾ ਘੱਟ ਹੁੰਦਾ। ਲਓ ਵੀ ਟਰੈਕਟਰ ਹੁਣ ਆਪਾਂ ਬੰਦ ਕੀਤਾ, ਜਾਣ ਬੁੱਝ ਕੇ ਕੀਤਾ, ਤੁਹਾਨੂੰ ਇੱਕ ਗੱਲ ਦੱਸਣ ਦੇ ਮਾਰਿਆਂ ਨੇ ਵੀ ਬਾਈ ਕਹਿੰਦੇ ਹੁਣ ਆਪਾਂ ਟਰੈਕਟਰ 'ਚ ਬੈਠੇ ਹਾਂ, ਹੈ ਨਾ, ਜਿਵੇਂ ਕੋਈ ਬਿਨਾਂ ਏ ਸੀ ਤੋਂ ਟਰੈਕਟਰ ਹੁੰਦਾ ਉਹਦੇ 'ਚ ਤਾਂ ਆਪਾਂ ਆਰਾਮਦਾਰੀ ਨਾਲ ਹੀ ਬਹਿ ਜਾਂਦੇ ਹਾਂ, ਵਧੀਆ ਹਵਾ ਹਵਾ ਆਉਂਦੀ ਰਹਿੰਦੀ ਹੈ ਖੁੱਲ੍ਹੀ, ਅਤੇ ਇਹਦੇ ਹੁਣ ਆਪਾਂ ਵਿੱਚ ਬਹਿ ਕੇ ਆਪਾਂ ਨੂੰ ਜਿਵੇਂ ਗਰਮੀ ਦੀ ਰੁੱਤ 'ਚ ਏ ਸੀ ਆਉਣ ਕਰਕੇ ਬੈਠਣਾ ਪਊ ਬਾਈ, ਹੈ ਨਾ, ਐਂ ਨਹੀਂ ਹੈਗਾ ਵੀ ਊਂ ਹੀ ਬਹਿ ਜਾਂਗੇ। ਇਹ ਗੱਲ ਮਤਲਬ ਨੋਟ ਕਰਨ ਵਾਲੀ ਹੈ, ਕੋਈ ਵੀ ਟਰੈਕਟਰ ਹੈ ਜਿਹਦੇ ਕੈਬਨ ਲੱਗਿਆ, ਇਹ ਆਪਾਂ ਇਹਨੂੰ ਪ੍ਰੋਬਲਮ ਨਹੀਂ ਕਹਿ ਸਕਦੇ, ਇਹ ਤਾਂ ਮਤਲਬ ਗਰਮੀ 'ਚ ਹੁਣ ਪਤਾ ਹੀ ਹੈ ਸ਼ੀਸ਼ਾ ਤਾਂ ਕਿਸੇ ਦਾ ਵੀ ਤਾਂ ਪਤਾ ਹੀ ਆ, ਏ ਸੀ ਆਪਾਂ ਨਾਲ ਚੱਲਦਾ ਜ਼ਰੂਰੀ ਹੈ, ਏ ਸੀ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ, ਆਪਾਂ ਇਹ ਕਹਿ ਸਕਦੇ ਹਾਂ, ਏ ਸੀ ਚੱਲਦਾ ਜ਼ਰੂਰੀ ਆ, ਇਹ ਮਸ਼ੀਨਰੀ ਆ ਨਾ, ਮੈਂ ਪਹਿਲਾਂ ਵੀ ਕਹਿ ਕੇ ਹਟਾਂ, ਇਹ ਤਾਂ ਆਪਾਂ ਨੂੰ ਲੋਡ ਕਰੋ ਜੇ ਕੋਈ ਦਿੱਕਤ ਆਉਂਦੀ, ਅਸਲ ਤਾਂ ਆਉਂਦੀ ਨਹੀਂ ਇਹ 'ਚ, ਸਾਰਾ ਕੰਮ ਹੀ ਮਤਲਬ ਕੰਪਰੈਸਰ ਵੀ ਜੈਨ ਬਣਾ ਜਾਂ ਹੋਰ ਆ, ਪਰ ਜਦੋਂ ਕੰਮ ਮਤਲਬ ਜਿਹੜਾ ਕਰਵਾਉਣਾ ਹੀ ਪਊਗਾ, ਜਿਹੜਾ ਆਪਾਂ ਜੇ ਕਹਿ ਸਕਦੇ ਹਾਂ ਮਸ਼ੀਨਰੀ ਚੱਲੂਗੀ ਤਾਂ ਕੰਮ ਵੀ ਪਾਲੂਗੀ, ਨਹੀਂ ਘਰੇ ਖੜੀ ਮਸ਼ੀਨਰੀ ਦਾ ਬਾਕੀ ਇਹ 'ਚ ਕੁਛ ਹੈ ਹੀ ਨਹੀਂ ਨਾ, ਮੇਨ ਤਾਂ ਇਕੱਲੀ ਇੱਕ ਗੈਸ ਪਈ ਹੈ ਇਹ 'ਚ, ਅਤੇ ਕੰਪਰੈਸਰ ਲੱਗਿਆ ਹੋਇਆ, ਉਹ ਵੀ ਸੈਂਡਨ ਦਾ ਲੱਗਿਆ ਹੋਇਆ, ਵਧੀਆ ਕੰਪਰੈਸਰ ਲਾਇਆ ਹੋਇਆ ਇਹ, ਠੀਕ ਹੈ, ਅਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਆਉਂਦੀ ਇਹ 'ਚ, ਠੀਕ ਹੈ, ਹਾਂਜੀ ਹਾਂ, ਬਾਕੀ ਐਂ ਆ ਵੀ ਏ ਸੀ ਤੋਂ ਬਿਨਾਂ ਨਹੀਂ ਇਹ ਚੱਲਦਾ, ਇਹ ਗੱਲ ਨੋਟ ਕਰਨ ਵਾਲੀ ਹੈ ਸਾਰੇ ਟਰੈਕਟਰਾਂ ਦੀ, ਜੇ ਆਪਾਂ ਇਕੱਲਾ ਇਹਨਾਂ ਨੂੰ ਮਤਲਬ ਅਸੀਂ ਕਹੀ ਜਾਵਾਂਗੇ ਬਹੁਤ ਹੋਆ ਤਾਂ ਨਾਲ ਇਹਦਾ ਦੱਸਣਾ ਵੀ ਪਊਗਾ ਵੀ ਇਹਦੇ 'ਚ ਆਹ ਚੀਜ਼ ਵੀ ਹੈਗੀ ਆ, ਬਾਕੀ ਜਿਹਨੂੰ ਬਾਈ ਜੀ ਇਹ ਇਸ ਤਰ੍ਹਾਂ ਵੀ ਜੇ ਆਪਾਂ ਕੱਲੋ ਐਂ ਕਹਿ ਦਾਂਗੇ ਨਾ ਵੀ ਟਰੈਕਟਰ ਸਾਰੇ ਲਵਾ ਲਓ ਜਾਂ ਜਿਹਦੇ ਜਿਹਦੀ ਜਿੰਨਾ ਕੁ ਮਤਲਬ ਪਹੁੰਚ ਆ ਜਾਂ ਉਸ ਹਿਸਾਬ ਨਾਲ ਉਹ ਕਰਨਾ ਚਾਹੀਦਾ, ਜਿਹੜੇ ਨੇ ਟਰੈਕਟਰ ਨੇ ਚੱਲਣੇ 100-150-200 ਘੰਟਾ ਸਾਲ ਦਾ, ਉਹਦੇ ਐਵੇਂ ਪੈਸੇ ਲਾ ਕੇ ਰੱਖਣ ਦਾ ਫਾਇਦਾ ਵੀ ਕੋਈ ਨਹੀਂ।
ਜਿਹਦੇ ਟਰੈਕਟਰ ਚੱਲਦਾ ਨਾ 1000-1200 ਘੰਟਾ ਉਹੀ ਮੁੱਲ ਮੋੜਦਾ ਜੀ। ਟਰੈਕਟਰ ਤਾਂ ਜੇ ਸਹੀ ਏਜੰਸੀ ਵਾਲਾ ਉਹ ਵੀ ਦੱਸਦਾ ਨਾ ਬੰਦਾ ਵੀ ਕੋਈ ਏਜੰਸੀ ਨੂੰ ਪੁੱਛ ਲਓ ਤੁਸੀਂ ਟਰੈਕਟਰ ਮੁੱਲ ਉਹੀ ਮੋੜੋ ਜਿਹੜਾ 1000 ਘੰਟਾ ਸਾਲ ਦਾ ਚੱਲੂਗਾ। ਜਦੋਂ ਚੱਲਣਾ 150-200 ਉਹ ਨਹੀਂ ਮੋੜਦਾ। ਉਹ ਤਾਂ ਫਿਰ ਬਾਈ ਏ ਸੀ ਕੈਬਨ 'ਤੇ ਵੀ ਮੇਰੇ ਹਿਸਾਬ ਨਾਲ ਪੈਸੇ ਲਾਏ ਦਾ ਕੋਈ। ਹਾਂਜੀ ਹਾਂ ਉਹਦਾ ਫਾਇਦਾ ਨਹੀਂ। ਬਾਕੀ ਆਪਦੀ ਪਹੁੰਚ ਮੁਤਾਬਕ ਜੀ ਕਿਸੇ ਦੇ ਮਤਲਬ ਮਗਰ ਲੱਗ ਕੇ ਜਾਂ ਹੋਰ ਨਹੀਂ ਆਪਦੇ ਲੋੜ ਅਨੁਸਾਰ ਹੁਣ ਆਪਾਂ ਕਹਿਤਾ ਜੇ ਆਪਾਂ ਕਹਿਤਾ ਕੈਬਨ ਲਵਾ ਲਓ ਤਾਂ ਮਤਲਬ ਇਹ ਨਹੀਂ ਵੀ ਜੇ ਪੰਜਾਬੀ ਚਾਹੁੰਦੇ ਆਪਾਂ ਅੱਡੀਆਂ ਚੱਕ ਕੇ ਵਾਹ ਨਹੀਂ ਲੈਣਾ। ਜਿਹਦੀ ਜਿੰਨੀ ਕੁ ਪਹੁੰਚ ਆ ਉਸ ਹਿਸਾਬ ਨਾਲ ਲਾਓ ਜੀ। ਹਾਂ ਬਾਈ ਬਹੁਤ ਵਧੀਆ ਆਪਾਂ ਨੂੰ ਬਾਈ ਦੱਸੀ ਜਾਂਦੇ ਆ ਅਤੇ ਹੁਣ ਤੁਹਾਨੂੰ ਇਹਦਾ ਏ ਸੀ ਔਨ ਕਰਕੇ ਦਿਖਾਉਂਦੇ ਹਾਂ ਅਤੇ ਲਓ ਜੀ ਆਪਾਂ ਟਰੈਕਟਰ ਕਰ ਲਿਆ ਇੱਥੋਂ ਸਟਾਰਟ। ਠੀਕ ਹੈ ਜੀ ਇੱਥੋਂ ਇਹਦੇ ਏ ਸੀ ਔਨ ਫਲੋਰ ਹੈ ਜੀ। ਠੀਕ ਹੈ ਫਲੋਰ ਆਪਾਂ ਇੱਕ 'ਤੇ ਛੱਡ ਸਕਦੇ ਹਾਂ ਇਹ ਕੂਲਿੰਗ ਹੈ ਇਹ ਆਮ ਤਕਰੀਬਨ ਇੱਥੇ ਹੀ ਰੱਖਣੀ ਹੈ ਸਹੀ। ਇਸ ਤੋਂ ਮੈਂ ਤਾਂ ਕਦੇ ਵਧਾਈ ਨਹੀਂ ਕਰਾਂ ਕਿਉਂਕਿ ਇਸ ਤੋਂ ਬਾਅਦ ਤਾਂ ਕੂਲਿੰਗ ਜ਼ਿਆਦਾ ਹੋ ਜਾਂਦੀ ਹੈ। ਠੀਕ ਹੈ ਇਸ ਪੁਆਇੰਟ 'ਤੇ ਕੂਲਿੰਗ ਹੈ ਅਤੇ ਇਹ ਬਲੋਰ ਆਪਾਂ ਲੋੜ ਅਨੁਸਾਰ ਵੱਧ ਘੱਟ ਕਰ ਸਕਦੇ। ਠੀਕ ਹੈ ਹਾਂਜੀ ਅਤੇ ਇੱਕ ਗੱਲ ਆ ਬਾਈ ਜਦੋਂ ਤੁਸੀਂ ਇਹ ਏ ਸੀ ਔਨ ਕੀਤਾ ਹੈ ਨਾ ਹਾਂਜੀ ਕੂਲਿੰਗ ਵਾਲਾ ਅਤੇ ਇਹਦੀ ਟਰੈਕਟਰ ਦੀ ਆਵਾਜ਼ ਚੇਂਜ ਹੋਈ ਆ ਥੋੜ੍ਹੀ ਜਿਹੀ। ਇਹਦਾ ਨੋਰਮਲ ਫਰਕ ਪੈਂਦਾ ਜੀ ਕੋਈ ਬਾਹਲਾ ਫਰਕ ਨਹੀਂ ਪੈਂਦਾ। ਹਾਂ ਵੀ ਵੈਸੇ ਜਿਵੇਂ ਕੰਪਰੈਸਰ ਲੱਗਿਆ ਵਾ ਮਰਜ਼ੀ ਉਹ ਤਾਂ ਕਾਰਾਂ ਦੀ ਵੀ ਹੁੰਦੀ ਆ ਜੀ। ਹਾਂਜੀ ਬਾਕੀ ਇਹ ਨਾ ਜਦੋਂ ਆਪਾਂ ਆਟੋ ਕੱਟ ਜਾਂਦਾ ਹੈ ਇਹਦੇ ਵਿੱਚ ਨਾ ਥਰਮੋ ਸਵਿੱਚ ਲੱਗੀ ਹੋਈ ਹੈ। ਠੀਕ ਹੈ ਜਦੋਂ ਉਹਦਾ ਟੈਂਪਰੇਚਰ ਇੰਨੇ ਟੈਂਪਰੇਚਰ 'ਤੇ ਹੋ ਗਿਆ ਜਿੰਨਾ ਆਪਾਂ ਸੈੱਟ ਕੀਤਾ। ਕਈਆਂ ਦੇ ਜਿਵੇਂ ਗੋਲਡ ਸਮਾਨ ਵਾਲੇ ਉਹ ਟੈਂਪਰੇਚਰ ਨੰਬਰਿੰਗ 'ਚ ਦਿੰਦੇ ਆ ਆਪਣੇ ਇਹਦੇ ਵੈਸੇ ਦਿੱਤਾ ਹੋਇਆ ਜਿਵੇਂ ਹਾਈਵੇ ਆਪਾਂ ਕਹਿ ਸਕਦੇ ਹਾਂ ਵੀ ਹਾਈਵੇ 'ਤੇ ਜਾਣ ਵੇਲੇ ਇੱਥੇ ਸਿਟੀ 'ਚ ਆਪਾਂ ਟੈਂਪਰੇਚਰ ਮਤਲਬ ਗਰਮੀ ਜ਼ਿਆਦਾ ਹੁੰਦੀ ਹੈ। ਠੀਕ ਹੈ ਸਿਟੀ 'ਚ ਆਪਾਂ ਥੋੜ੍ਹਾ ਵਧਾ ਲੈਂਦੇ ਹਾਂ ਅਤੇ ਟਰੈਕਟਰ ਦੀ ਕੋਈ ਦਿੱਕਤ ਨਹੀਂ ਇੰਨੇ ਇੰਜਨ ਨੂੰ ਕੀ ਫਰਕ ਪੈਂਦਾ ਜੀ ਐਡੇ ਨੂੰ ਬਸ ਬਾਜ ਸੁਰਣੀ ਬਦਲਦੀ ਹੈ 100-150 ਗ੍ਰਾਮ ਦਾ ਕੋਈ ਬਾਹਲਾ ਮਹੀਨੇ ਨਹੀਂ ਰੱਖਦਾ ਇੰਨਾ ਫਰਕ ਪੈ ਜਾਂਦਾ ਥੋੜ੍ਹੀ ਜਿਹਾ। ਠੀਕ ਹੈ ਹਾਂ ਜੇ 100-150 ਗ੍ਰਾਮ ਘੰਟੇ ਦਾ ਹਾਂ ਇਹ ਇੰਨਾ ਕੁ ਤਾਂ 150 ਤੱਕ ਹੀ ਪੈਂਦਾ ਜੀ ਕਿਉਂਕਿ ਟਰੈਕਟਰ ਦਾ ਕੋਈ ਬਾਹਲਾ ਫਰਕ ਨਹੀਂ ਪੈਂਦਾ ਹੁੰਦਾ। ਠੀਕ ਹੈ ਬਾਕੀ ਇਹ ਪੁਲੀ ਜੇ ਆਪਾਂ ਅਲੱਗ ਤੋਂ ਲਾਵਾਂਗੇ ਤਾਂ ਕੰਪਰੈਸਰ ਘੱਟ ਠੰਡਾ ਕਰੂਗਾ ਇਹ ਪੁਲੀ ਮੇਨ ਤੋਂ ਚੜ੍ਹੀ ਹੋਈ ਹੈ ਮੇਨ ਸ਼ਾਫਟ ਤੋਂ ਚੜ੍ਹੀ ਹੋਈ ਹੈ। ਠੀਕ ਹੈ ਹਾਂ ਉਹਦਾ ਕਰਕੇ ਨਾ ਮਤਲਬ ਕੋਈ ਖਾਸ ਫਰਕ ਨਹੀਂ ਪੈਂਦਾ ਅਤੇ ਚਲੋ ਜੀ ਆਪਾਂ ਹਲਾਂ ਦਾ ਕਿਹੜਾ ਇੱਕ ਹੋਰ ਦਈਏ ਬਾਈ ਫਿਰ। ਹਾਂਜੀ ਹਾਂ ਹਲ ਲਾ ਕੇ ਦਿਖਾਉਣਾ ਹੁੰਦੇ ਸਾਨੂੰ ਵੀ ਇਹ ਹਲ ਲਾ ਕੇ ਦਿਖਾਉਣ ਦਾ ਮਤਲਬ ਇਹ ਹੈ ਵੀ ਆਪਾਂ ਏ ਸੀ ਕੈਬਨ 'ਚ ਬੈਠੇ ਚੰਗੀ ਤਰ੍ਹਾਂ ਦੇਖ ਸਕਦੇ ਪਿੱਛੇ ਕੋਈ ਵੀ ਆਪਣੇ ਇੰਪਲੀਮੈਂਟ ਹੋਵੇ ਅਤੇ ਹੁਣ ਤੱਕ ਬਾਈ ਫਿਰ ਤੁਸੀਂ ਇਹਨੂੰ ਰੀਪਰ 'ਤੇ ਵੀ ਲਾਇਆ ਹੈ ਨਾ। ਹਾਂਜੀ ਰੀਪਰ 'ਤੇ ਵੀ ਲਾ ਲਿਆ ਅਤੇ ਬਾਕੀ ਵਾਹੀ ਆਪਾਂ ਟਰੈਕਟਰ ਕੈਬਨ ਇਸ ਵਾਰ ਲਵਾਇਆ ਇਸ ਤੋਂ ਪਹਿਲਾਂ ਵੀ ਆਪਾਂ ਕਣਕ ਬੀਜਣ ਵੇਲੇ ਵੀ ਇਹਦੇ ਨਾਲ ਬੀਜੀ ਉਦੋਂ ਕੈਬਨ ਹੈ ਨਹੀਂ ਸੀਗਾ। ਠੀਕ ਹੈ ਅਤੇ ਵਧੀਆ ਸਾਰੇ ਇੰਪਲੀਮੈਂਟ ਪਾ ਕੇ ਦੇਖ ਲਿਓ ਜੀ ਕੋਈ ਦਿੱਕਤ ਨਹੀਂ। ਬਾਕੀ ਇੱਕ ਗੱਲ ਮੈਂ ਹੋਰ ਕਹਿਣਾ ਵੀ ਜਦੋਂ ਵੀ ਆਪਾਂ ਕੈਬਨ ਲਵਾਉਣ ਦੀ ਸੋਚਦੇ ਨਾ ਟਰੈਕਟਰ ਨੂੰ ਪਹਿਲਾਂ 6 ਮਹੀਨੇ ਜਾਂ ਸਾਲ ਵਰਤ ਕੇ ਦੇਖੋ ਉਸ ਤੋਂ ਬਾਅਦ ਲਵਾਓ। ਠੀਕ ਹੈ ਕੋਈ ਵੀ ਟਰੈਕਟਰ ਲੈਣਾ ਕਿਸੇ ਕੰਪਨੀ ਦਾ ਅਤੇ ਆਪਾਂ ਇਹ ਨਾ ਕਹੀਏ ਵੀ ਮਗਰੋਂ ਆਪਾਂ ਉਸ ਚੀਜ਼ ਨੂੰ ਪਛਤਾਈਏ ਵੀ ਯਾਰ ਇਹਦੇ ਕਿਉਂ ਲਵਾ ਲਿਆ ਇਹਦਾ ਖਰਚਾ ਵੱਧ ਜਾਂ ਹੋਰ ਵੀ ਪਹਿਲਾਂ ਆਪਾਂ ਦੇਖ ਲਓ ਉਹਨੂੰ 6 ਮਹੀਨੇ ਦੇਖ ਲਓ 6 ਮਹੀਨੇ ਵੀ ਬਹੁਤ ਹੁੰਦੇ ਆ ਆਪਣੇ ਅਸੀਂ ਮਤਲਬ ਲੋੜ ਦੇਖ ਲਓ ਵੀ ਆਪਣੀ ਲੋੜ ਪੂਰੀ ਕਰਦਾ ਸਹੀ ਟਰੈਕਟਰ ਸਾਰੀਆਂ ਚੀਜ਼ਾਂ 'ਤੇ ਕਾਮਯਾਬ ਹੈ ਚਾਲ ਵਗੈਰਾ ਟਰੈਕਟਰ ਦੀਆਂ ਵਰਤਣ ਜਾਂ ਡੀਜ਼ਲ ਦਾ ਖਰਚਾ ਹੁਣ ਅਸੀਂ ਡੀਜ਼ਲ ਇਹਦਾ ਮੰਨ ਕੇ ਚੱਲਦੇ ਹਾਂ ਬਾਈ ਜੀ ਜੇ ਆਮ ਟਰੈਕਟਰ ਨਾਲੋਂ ਜਿਵੇਂ ਉਹ ਬਾਈ ਡੀ ਇਨਫੋਰਮੇਸ਼ਨ ਵਾਲਾ ਦੱਸਦਾ ਹੁੰਦਾ ਕਹਿੰਦਾ ਟਰੈਕਟਰ ਨੂੰ ਟਰੈਕਟਰ ਖਾ ਜਾਂਦਾ। ਠੀਕ ਹੈ ਉਹਦਾ ਮਤਲਬ ਇਹ ਹੈ ਵੀ ਜੇ ਲੀਟਰ ਦਾ ਫਰਕ ਪਾਉਂਦਾ ਤਾਂ ਜੇ 1000 ਘੰਟਾ ਆਪਣਾ ਟਰੈਕਟਰ ਚੱਲਦਾ ਤੁਸੀਂ ਇਹ ਮੰਨੋ ਵੀ 90,000-90 ਰੁਪਏ ਦੇ ਹਿਸਾਬ ਨਾਲ ਲਾ ਲਓ ਡੀਜ਼ਲ ਦਾ ਤਾਂ 1,00,000 ਰੁਪਏ ਦਾ ਫਰਕ ਹੋ ਗਿਆ ਸਾਲ ਦਾ ਅਤੇ 5 ਸਾਲਾਂ 'ਚ ਟਰੈਕਟਰ 5 ਲੱਖ ਦਾ ਨੁਕਸਾਨ ਕਰ ਦਿੰਦਾ। ਪਰ ਆਪਾਂ ਕਈ ਵਾਰੀ ਨਾ ਆਪਾਂ ਥੋੜ੍ਹੀ ਚੱਕ 'ਚ ਆ ਜਾਂਦੇ ਅਗਲਾ ਕਹਿੰਦਾ ਟਰੈਕਟਰ ਜਿਹੜਾ ਜ਼ੋਰ ਲਾਉਂਦਾ ਉਹੀ ਖਾਊ ਵੀ ਜ਼ੋਰ ਨਾਲ ਜਿਹੜਾ ਕੰਮ ਜਿੰਨਾ ਉਹ ਕਰੀ ਜਾਂਦਾ ਨਾ ਜੇ ਤਾਂ ਕੰਮ ਨਾ ਕਰਦਾ ਹੋਵੇ ਫਿਰ ਤਾਂ ਹੈ ਵੀ ਫਿਰ ਮਤਲਬ ਜ਼ਰੂਰੀ ਆ ਆਪਾਂ ਨੂੰ ਵੀ 2 ਲੀਟਰ ਜਾਂ 2 ਲੀਟਰ ਵੱਧ ਖਵਾਉਣਾ ਖਵਾਉਣਾ ਹਾਂ ਵੀ ਫਿਰ ਜੇ ਟਰੈਕਟਰ ਵੱਧ ਖਾਊਗਾ ਤਾਂ ਚਲੋ ਕੋਈ ਐਂ ਲਹਿਦਾ ਕੰਮ ਤਾਂ ਹੈ ਨਹੀਂ ਬਾਕੀ ਇੰਪਲੀਮੈਂਟ ਪਾਏ ਦੇ ਸਿਰ 'ਤੇ ਤਾਂ ਹੁਣ ਜੇ ਇਹਦੇ ਮਗਰ 11 ਪਾਵਾਂਗੇ ਤਾਂ ਖਰਚਾ ਵੱਧ ਪਊਗਾ ਹੀ ਇਹ 15-17 ਹਲਾਂ ਦੇ ਸਹੀ ਮਤਲਬ ਫਿੱਟ ਬੈਠੂਗਾ ਆਪਣੇ ਵੀ ਹੁਣ 15 ਹਲ ਪਾਏ ਹੋਏ ਹਾਂਜੀ ਹਾਂ 15 ਤਾਂ ਸਹੀ ਫਿੱਟ ਬਹਿੰਦਾ ਚਲੋ 17 ਵੀ ਆਪਾਂ ਮੈਂ ਪਾ ਕੇ ਨਹੀਂ ਦੇਖਿਆ ਮੈਂ ਕਹਿੰਦਾ ਸਾਨੂੰ ਵੀ 15 ਦੇ ਸਹੀ ਖਰਚਾ ਪਾਉਂਦਾ ਜੇ ਆਪਾਂ ਇਹਨੂੰ ਇੰਪਲੀਮੈਂਟ ਘੱਟ ਪਾਵਾਂਗੇ ਫਿਰ ਤਾਂ ਖਰਚਾ ਵਧੂਗਾ ਹੀ ਕਿਉਂ 19 ਸਾਲ 'ਚ ਕਿਤੇ ਇਹਨੇ ਗੇੜੇ ਮਤਲਬ 2 ਦਿਨੇ ਬਹਿਣਗੇ ਕਿਤੇ ਇੱਕ ਨਾ ਹਰ ਠੀਕ ਹੈ ਅਤੇ ਬਾਕੀ ਅੱਡੋ ਅੱਡੀ ਆਪਦੀ ਚੋਇਸ ਆ ਕਿਸੇ ਦੇ ਕਿਸੇ 'ਤੇ ਲੋਟ ਆਉਂਦਾ ਕਿਤੇ ਕਿਤੇ ਅਤੇ ਅਸੀਂ ਖੈਰ ਸ਼ੁਰੂ ਤੋਂ ਨਵੇਂ ਹੀ ਮਤਲਬ ਚੀਜ਼ ਲੈਂਦੇ ਰਹੇ ਹਾਂ 95 ਸੌ ਵੀ ਜਦੋਂ ਲਿਆ ਅਸੀਂ
ਉਦੋਂ ਮੇਰਾ ਖਿਆਲ ਆ ਕੋਈ ਟਾਵਾਂ ਟਰੈਕਟਰ ਹੀ ਸੀਗਾ ਆਪਣੇ, ਸੁਪਰ ਸ਼ੈਟਲ ਤਾਂ ਆਈ ਨਹੀਂ, ਸੁਪਰ ਸ਼ੈਟਲ ਇੱਕ ਪਿੰਡ ਵਾਲੇ ਪਿੰਡਾਂ ਨਾਲ ਸਾਡੇ ਜੀ, ਉਹ ਬਾਈ ਨੇ ਲਿਆ ਗਿਆ, ਹੋਰ ਕਿਤੇ ਹੈ ਹੀ ਨਹੀਂ ਸੁਪਰ ਸ਼ੈਟਲ, ਜਿਹੜਾ ਮੋਟਰ ਸ਼ੈਟਲ ਗਏ ਰੱਖ ਬਹੁਤ ਘੱਟ ਆ ਟਰੈਕਟਰ, ਠੀਕ ਹੈ, ਅਸੀਂ ਉਹੀ ਲਿਆ ਸੀ ਵੀ ਆਪਦੀ ਰਿਕੁਆਇਰਮੈਂਟ ਸਾਡੀ ਉਹਦੀ ਸੀਗੀ, ਠੀਕ ਹੈ, ਬਹੁਤ ਵਧੀਆ ਚੱਲੀ ਜਾਂਦਾ ਫਿਰ, ਅਤੇ ਉਹ ਵੀ 5,000 ਰੁਪਏ 500 ਘੰਟਾ ਚੱਲ ਗਿਆ ਆਪਣੇ ਕੋਲ, ਠੀਕ ਹੈ, ਹਾਂਜੀ। ਹੁਣ ਜਿਵੇਂ ਆਪਾਂ ਟਰੈਕਟਰ ਦੇ ਵਿੱਚ ਬੈਠੇ ਹਾਂ ਬਾਈ, ਹੈ ਨਾ, ਹਾਂਜੀ, ਜਦੋਂ ਤੁਸੀਂ ਉਹੀ ਪਹਿਲਾਂ ਵਾਲੀ ਗੱਲ ਕੀਤੀ ਸੀਗੀ ਵੀ ਏਸੀ ਆਉਣ ਕਰਕੇ ਬੈਠਣਾ ਪੈਂਦਾ, ਹਾਂਜੀ, ਹੁਣ ਪੂਰੀ ਐਂ ਕੂਲਿੰਗ ਪੂਰੀ ਫੁੱਲ ਕਰੀ ਜਾਂਦਾ ਹੈ, ਹੁਣ ਫੁੱਲ ਕਰੀ ਜਾਂਦਾ, ਹਾਂਜੀ, ਬਸ ਇਹ ਹੈ ਵੀ ਜਦੋਂ ਇਹਨੂੰ ਬੰਦ ਕਰਤਾ ਤਾਂ ਸ਼ੀਸ਼ੇ ਤਪਦੇ ਹੈ, ਇਹ ਨਹੀਂ ਵੀ ਆਪਾਂ ਇਹਨੂੰ ਬੰਦ ਕਰ ਲਿਆ ਅਤੇ ਮਤਲਬ ਆਪਾਂ ਤੋਰੀ ਫਿਰ ਟਰੈਕਟਰ ਨੂੰ ਫਿਰ ਨਹੀਂ ਚੱਲਦਾ, ਠੀਕ ਹੈ, ਗਰਮੀ ਦੇ ਚੱਲਦੇ ਨਹੀਂ ਫਿਰ, ਸਿਆਲ 'ਚ ਚੱਲ, ਉਹ ਕੋਈ ਵੱਡਾ ਇਹ 'ਚ ਇਸ਼ੂ ਨਹੀਂ ਗਾ, ਉਹ ਮਤਲਬ ਇਹ ਇਸ ਚੀਜ਼ ਨੂੰ ਹਰੇਕ ਡਰ ਜੇ ਵੀ ਯਾਰ ਇਹ ਉਹ ਤੋਂ ਬਿਨਾਂ ਚੱਲਣਾ ਨਹੀਂ, ਇਹ ਕੋਈ ਵੱਡਾ ਇਸ਼ੂ ਨਹੀਂ ਇਸ ਚੀਜ਼ ਦਾ, ਇਹ ਤਾਂ ਹੈ ਤਾਂ ਇਹ 'ਚ ਗੈਸ ਹੀ ਇਕੱਲੀ, ਜਿੱਦਾਂ ਕੋਈ ਹਾਂ ਜਾਂ ਪਾਈਪਾਂ ਗਾ ਜਾਂ ਕੰਪਰੈਸਰ ਲੱਗਿਆ ਹੋਇਆ ਕੰਡਾ, ਉਹ ਤਾਂ ਇਹ 'ਚ ਹੈ ਨਹੀਂ, ਇਹ ਨੁਕਸਾਨ 'ਚ ਪੈਂਦਾ ਹੀ ਨਹੀਂ, ਪਰ ਮੇਰੀ ਕਹਿਣ ਦੀ ਗੱਲ ਇਹ ਹੈ ਵੀ ਆਪਾਂ ਜੇ ਆਖੇ ਏ ਸੀ ਤੋਂ ਬਿਨਾਂ ਬਹਿ ਜਾਂਗੇ, ਏ ਸੀ ਤੋਂ ਬਿਨਾਂ ਨਹੀਂ ਬੈਠਾ ਜੀ, ਹਾਂਜੀ, ਅਤੇ ਇਹਦੇ ਜਿਵੇਂ ਹੁਣ ਆਪਾਂ ਇੱਥੋਂ ਇੱਧਰੋਂ ਇਹਨੂੰ ਬੰਦ ਕਰਤਾ, ਹੁਣ ਦੂਜਾ ਜੋ ਹਵਾ ਵੱਧ ਆਉਣ ਲੱਗ ਜਾਂਦੇ, ਆਪਾਂ ਇਹ ਸਾਰੇ ਵੀ ਬੰਦ ਕਰ ਦਈਏ, ਹਾਂਜੀ ਹਾਂ, ਉਹ ਕੂਲਿੰਗ ਕੋਇਲ ਵਾਲਾ ਹੈਗਾ ਨਾ ਅੱਗੇ, ਸਾਰੇ ਬੰਦ ਕਰ ਦਈਏ, ਕੋਈ ਦਿੱਕਤ ਨਹੀਂ, ਹਾਂ, ਹੁਣ ਦੋਨਾਂ 'ਚੋਂ ਵੱਧ ਆਉਣ ਲੱਗ ਗਏ, ਜੇ ਹੁਣ ਆਪਾਂ ਆਹ ਵੀ ਬੰਦ ਕਰਤਾ, ਹਾਂਜੀ, ਹੁਣ ਇਕੱਲੇ 'ਚੋਂ ਜ਼ਿਆਦਾ ਆਉਣ ਲੱਗ, ਹਾਂਜੀ, ਸਾਰਿਆਂ 'ਚ ਦੀ, ਹਾਂਜੀ, ਇਕੱਲੇ 'ਚੋਂ ਆਉਣ ਲੱਗ ਗਏ, ਹਾਂਜੀ ਹਾਂ, ਹੋਈ ਆਪਾਂ ਸਾਰੇ ਕੋਲ 'ਤੇ, ਅਤੇ ਆਪਾਂ ਸਾਰਿਆਂ 'ਚੋਂ ਹਵਾ ਲੈਣੀ ਆ, ਅਤੇ ਫਿਰ ਭਾਈ ਆਪਾਂ ਹੁਣ ਏ ਸੀ ਬਾਰੇ ਆਪਾਂ ਸਾਰਾ ਕੁਛ ਦੱਸਤਾ, ਮੈਂ ਮੈਨੂੰ ਨਹੀਂ ਲੱਗਦਾ ਕੁਛ ਦੱਸਣ ਰਹਿ ਗਿਆ ਹੋਊਗਾ, ਅਤੇ ਕਿਸੇ ਵੀ ਇੰਪਲੀਮੈਂਟ 'ਤੇ ਇਹ ਟਰੈਕਟਰ ਵੀ ਕਾਮਯਾਬ ਆ, ਅਤੇ ਆਪਾਂ ਜਦੋਂ ਇਹਨੂੰ ਟਰੈਕਟਰ ਨੂੰ ਚਲਾਉਂਦੇ ਹਾਂ ਅਤੇ ਏ ਸੀ ਵੀ ਕਾਮਯਾਬ ਆ ਨਾਲ ਨਾਲ, ਹਾਂਜੀ, ਠੀਕ ਹੈ, ਅਤੇ ਚਲੋ ਹੁਣ ਆਪਾਂ ਚੱਲੀਏ ਬਾਈ ਥੱਲੇ, ਹਾਂਜੀ ਹਾਂਜੀ, ਚਲੋ ਜੀ, ਅਤੇ ਹੁਣ ਇੱਥੋਂ ਆਪਾਂ ਇਹਨੂੰ ਐਂ ਖੋਲਿਆ ਵੀ ਤੁਹਾਨੂੰ ਦੁਬਾਰਾ ਦਿਖਾਉਣਾ, ਇੱਥੋਂ ਇਹਨੂੰ ਉੱਪਰ ਚੱਕ ਕੇ ਐਂ ਨਾਲ ਦੀ ਨਾਲ ਇਹ ਖੋਲ੍ਹ ਜੀ, ਠੀਕ ਹੈ ਜੀ, ਅਤੇ ਇੱਧਰ ਹਾਈਡਰੋਲਿਕ ਸਿਸਟਮ ਆ ਜਿਹੜਾ ਉੱਪਰ ਲੱਗਿਆ ਹੋਇਆ, ਅਤੇ ਇੱਥੋਂ ਉੱਤਰ ਨੂੰ ਬਾਈ ਹੁਣਾਂ ਨੇ ਜਿਹੜਾ ਫੁੱਟ ਰੈਸਟ ਆ ਇਹ ਵਧੀਆ ਲਾਇਆ ਹੋਇਆ, ਚੰਗੀ ਤਰ੍ਹਾਂ ਕੋਈ ਪ੍ਰੋਬਲਮ ਨਹੀਂ ਹੈਗੀ ਉੱਤਰਨ 'ਚ, ਠੀਕ ਹੈ, ਅਤੇ ਇੱਥੋਂ ਤੁਸੀਂ ਇਹਨੂੰ ਦੂਰ ਖੜ੍ਹੇ ਨੂੰ ਦੇਖ ਸਕਦੇ, ਬਾਕੀ ਇਹਦੇ ਲੋਕ ਜੇ ਸੀ ਵੀ ਵਾਲੇ ਲੱਗੇ ਹੋਏ ਆ, ਜਿਹੜੇ ਆਮ ਲੋਕ ਨਹੀਂ ਜੀ, ਜਿਵੇਂ ਆਪਾਂ ਲੋਕ ਕਰਕੇ ਕਿਤੇ ਵੀ ਜਾ ਸਕਦੇ ਹਾਂ, ਕੋਈ ਇਹ 'ਚ ਦਿੱਕਤ ਨਹੀਂ ਆਉਂਦੀ, ਠੀਕ ਹੈ, ਕਈ ਕੋਈ ਸਮਾਨ ਪਿਆ ਕੋਈ ਜਾਂ ਜਿਵੇਂ ਇਸ ਤਰ੍ਹਾਂ ਵੀ ਉਹ ਲੋਕ ਹੋ ਜਾਂਦਾ ਬਾਹਰੋਂ ਆਪਣਾ, ਠੀਕ ਹੈ ਵੀ ਉਹੀ ਗੱਲ, ਬਸ ਕਾਰ ਵਾਂਗੂ ਹੀ ਹੋ ਗਿਆ ਬਾਈ ਇਹ, ਹਾਂਜੀ ਬੰਦ ਹੋ ਗਿਆ ਸਿਸਟਮ, ਅਤੇ ਪਹਿਲਾਂ ਫਿਰ ਕਿਹੜੇ ਟਰੈਕਟਰ ਰੱਖਿਆ ਬਾਈ ਤੁਸੀਂ? ਪਹਿਲਾਂ ਜੀ ਆਪਣਾ ਸਵਰਾਜ ਲਿਆ ਸੀ 14 'ਚ ਅਸੀਂ, 855, ਉਸ ਤੋਂ ਪਹਿਲਾਂ 265 ਅਸੀਂ ਮਤਲਬ 12-13 ਸਾਲ ਰੱਖਿਆ ਡੈਡੀ ਵਰਗਿਆਂ ਨੇ, ਠੀਕ ਹੈ, ਉਹ ਬਹੁਤ ਸਮਾਂ ਟਰੈਕਟਰ ਸੀਗਾ, ਉਸ ਤੋਂ ਬਾਅਦ ਫਿਰ ਅਸੀਂ ਮਤਲਬ ਰੀਪਰ ਵਗੈਰਾ ਜਾਂ ਹੋਰ ਕਿਰਾਏ ਦੇ ਕੰਮ 'ਤੇ ਚਲਾਉਣ ਵਾਸਤੇ ਸਵਰਾਜ ਲੈ ਲਿਆ 855, ਬਹੁਤ ਵਧੀਆ ਸਮਾਂ ਟਰੈਕਟਰ, ਉਹ ਵੀ ਆਪਣੇ ਕੋਟ ਪਖਤੂ ਰਿਸ਼ਤੇਦਾਰਾਂ ਕੋਲ ਹੀ ਹੈ, ਠੀਕ ਹੈ, ਵਧੀਆ ਸਮਾਂ ਟਰੈਕਟਰ ਸੀ ਉਹ ਵੀ, ਉਹ ਵੀ ਵਧੀਆ ਚੱਲਿਆ ਸੀ, ਚੱਲਦੇ ਸਾਡੇ 1000 ਹੀ ਸੀ, ਮਤਲਬ 1000-1200 ਸਾਲ ਦੇ, ਇਦੂ ਘੱਟ ਕੋਈ ਟਰੈਕਟਰ ਨਹੀਂ ਚੱਲਿਆ, ਠੀਕ ਹੈ, ਸਵਰਾਜ ਤੋਂ ਬਾਅਦ ਅਸੀਂ ਨਾਲ 9500 ਲੈ ਲਿਆ ਸੀ, ਉਹ ਹੁਣ ਵੀ ਹੈਗਾ, ਸੁਪਰ ਸੈਟਲ ਮਾਡਲ ਆ 17 ਮਾਡਲ 'ਚ, ਅਤੇ 18 'ਚ ਆ ਕੇ ਸਵਰਾਜ ਵੇਚਤਾ ਸੀ ਅਸੀਂ, 72-50 ਲੈ ਲਿਆ ਸੀਗਾ, ਠੀਕ ਹੈ, ਮੈਸੀ ਦਾ, ਉਹ ਟਰੈਕਟਰ ਵੀ ਇੱਕ ਮਤਲਬ ਵਧੀਆ ਚੀਜ਼ ਸੀ, 72-50, ਉਹ ਫਿਰ ਸਾਨੂੰ ਇੱਕ ਟਰੈਕਟਰ ਵੇਚਣਾ ਹੀ ਪੈਣਾ ਸੀ, ਕਿਉਂਕਿ ਇੰਨਾ ਬਾਹਲੇ ਆਪਾਂ ਰੱਖ ਨਹੀਂ ਸਕਦੇ, ਕਿਉਂਕਿ ਸਾਡੇ ਕੋਲ 25-26 ਕਿੱਲਿਆਂ ਦੀ ਆਪਦੀ ਵਾਹੀ ਹੈ, ਠੀਕ ਹੈ, ਅਤੇ ਠੇਕੇ 'ਤੇ ਕੋਈ ਬਾਹਲਾ ਅਸੀਂ ਲੈਂਦੇ ਨਹੀਂ ਵਾਹਣ, ਫਿਰ ਅਸੀਂ 2 ਟਰੈਕਟਰ ਛੋਟਾ ਤਾਂ ਇੱਕ ਸੀਗੇ ਸਾਡੇ ਕੋਲ ਟੈਫੇ 30 ਵਾਲਾ ਹੈਗਾ, ਫਿਰ ਅਸੀਂ 9500 ਅਤੇ 72-50 'ਚੋਂ ਇੱਕ ਵੇਚਣਾ ਸੀਗਾ, ਅਤੇ ਫਿਰ ਅਸੀਂ 72-50 ਵੇਚਤਾ ਸੀ, ਉਸ ਤੋਂ ਬਾਅਦ ਅਸੀਂ ਇਹ ਲੈ ਲਿਆ ਸੀ ਕਬੂਟ, ਠੀਕ ਹੈ, ਹਾਂਜੀ, ਲਓ ਵੀਰ ਨੇ ਆਪਾਂ ਨੂੰ ਬਹੁਤ ਕੁਛ ਦੱਸਿਆ, ਅਤੇ ਪੂਰੇ ਧਿਆਨ ਨਾਲ ਤੁਸੀਂ ਸੁਣੀਆਂ ਹੋਣੀਆਂ ਸਾਰੀਆਂ ਗੱਲਾਂ, ਇਹ ਫਿਰ ਵੀ ਕੁਛ ਨਾ ਪਤਾ ਲੱਗਿਆ ਤਾਂ ਕਮੈਂਟ ਜ਼ਰੂਰ ਕਰ ਦਿਓ, ਅਤੇ ਇਹਦਾ ਵੀ ਆਪਾਂ ਰੇਟ ਇੱਕ ਵਾਰ ਹੋਰ ਦੱਸ ਦਈਏ ਵੀ ਕਿੰਨੇ ਰੁਪਈਆਂ 'ਚ ਇਹ ਫੁੱਲ ਲੱਗ ਗਿਆ? ਕੈਬਨ ਦੀ ਗੱਲ ਕਰਦੇ? ਹਾਂਜੀ ਬਾਈ, ਕੈਬਨ, ਕੈਬਨ ਤੁਸੀਂ 260-70 ਮੰਨੋ ਜੀ, 260,000-270,000 ਰੁਪਈਆ, ਠੀਕ ਹੈ, ਅਤੇ ਬਾਕੀ ਮਰਿੰਡੇ ਦਾ ਤਾਂ ਆਉਣ ਜਾਣ ਦਾ ਖਰਚਾ ਹੀ, ਟਰੈਕਟਰ ਲਿਜਾਵਾਂਗੇ ਤਾਂ 7-8 ਹਜ਼ਾਰ ਦਾ ਤੇਲ ਹੀ ਖਾ ਜਾਂਦਾ, ਆਉਣ ਜਾਣ ਦਾ, ਹਾਂਜੀ ਹਾਂ, ਬਾਕੀ ਅਸੀਂ ਟਰੈਕਟਰ ਦਾ ਖਰੇ 13 ਲੈ ਕੇ ਗਏ, ਛੱਡ ਕੇ ਆਏ, ਕੋਈ ਦਿੱਕਤ ਨਹੀਂ ਆਈ ਸਾਨੂੰ ਇਹਦੀ, ਅਤੇ ਅਸੀਂ ਨਾਲ ਹੁਣ ਗੇੜੇ ਲਾਇਆ ਸੀ ਗੱਡੀ ਦੇ, 2-3 ਦੇਖ ਆਏ ਸੀ ਵੀ ਕਿਵੇਂ ਤਿਆਰ ਹੋਇਆ ਹੋਇਆ, ਹਾਂਜੀ, ਠੀਕ ਹੈ।
ਚਲੋ ਬਾਈ ਤੋਂ ਕਨੈਕਟ ਨੰਬਰ ਲੈਂਦੇ ਆਪਾਂ, ਜੇ ਕੁਛ ਵੀ ਪੁੱਛਣਾ ਹੋਵੇ ਤਾਂ ਬਾਈ ਨੂੰ ਤੁਸੀਂ ਸਿੱਧਾ ਫੋਨ ਕਰਕੇ ਪੁੱਛ ਸਕਦੇ ਹੋ। ਕਿੰਨਾ ਕਨੈਕਟ ਨੰਬਰ ਆ ਬਾਈ ਤੁਹਾਡਾ? ਹਾਂਜੀ 88024 000024 88024 000075। ਹਾਂਜੀ ਠੀਕ ਹੈ, ਚਲੋ ਬਾਈ ਤੋਂ ਕਾਲ ਕਰਕੇ ਜਦੋਂ ਮਰਜ਼ੀ ਪੁੱਛ ਸਕਦੇ ਹੋ। ਅਤੇ ਚਲੋ ਜੀ ਮਿਲੀਏ ਫਿਰ ਆਪਾਂ ਹੁਣ ਅਗਲੀ ਹੋਰ ਕਿਸੇ ਵੀਡੀਓ ਦੇ ਵਿੱਚ, ਹੋਰ ਮੋਡੀਫਿਕੇਸ਼ਨ ਵਲੋਗ ਦੇ ਵਿੱਚ। ਅਤੇ ਠੀਕ ਹੈ ਜੀ, ਓਕੇ ਬਾਈ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ।